ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀ ਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰ 'ਤੇ ਨਜ਼ਰ ਵਿੱਚ ਡਾਕਟਰ ਹਰਜਿੰਦਰ ਸਿੰਘ ਵਾਲੀ ਸ਼ੋਅ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਜੀ, ਬਹੁਤ ਸਵਾਗਤ ਹੈ ਜੀ ਆਪ ਜੀ ਦਾ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਵੈਸੇ ਤਾਂ ਸਾਨੂੰ ਰੋਜ਼ਾਨਾ ਪੋਲੀਟੀਕਲ ਖਬਰਾਂ ਦੇ ਨਾਲ ਹੀ ਸ਼ੁਰੂਆਤ ਕਰਨੀ ਪੈਂਦੀ ਹੈ ਪ੍ਰੋਗਰਾਮ ਦੀ, ਪਰ ਅੱਜ ਅਸੀਂ ਬਾਬੇ ਨਾਨਕ ਨਾਲ ਸੰਬੰਧਿਤ ਖਬਰ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ, ਜੋ ਕਿ ਖੁਸ਼ੀ ਦੀ ਵੀ ਗੱਲ ਹੈ ਕਿ ਜੋ ਕਰਤਾਰਪੁਰ ਸਾਹਿਬ ਵਿਖੇ ਖੁਦਾਈ ਦੇ ਦੌਰਾਨ ਜੋ ਇੱਕ 500 ਸਾਲ ਪੁਰਾਣਾ ਨਾਨਕ ਸ਼ਾਹੀ ਇੱਟਾਂ ਦਾ ਬਣਿਆ ਖੂਹ ਮਿਲਿਆ ਜੀ। ਜੀ ਮਨਦੀਪ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਕਦੇ ਕਦੇ ਚੰਗੀ ਖਬਰ ਨਾਲ ਵੀ ਜੀ ਜੀ ਹਰ ਰੋਜ਼ ਹੀ ਕਦੇ ਬੰਬ ਜਲ ਗਿਆ ਜੀ, ਕਦੇ ਐਕਸੀਡੈਂਟ ਹੋ ਗਿਆ, ਮੌਤਾਂ ਹੋ ਗਈਆਂ ਜੀ। ਜੇ ਹੋਰ ਨਹੀਂ ਤਾਂ ਬਿਨਾਂ ਮੁੱਦਿਆਂ ਤੋਂ ਜਿਹੜੀ ਸਾਡੇ ਪੋਲੀਟੀਕਲ ਲੋਕ ਇੱਕ ਦੂਜੇ ਗੱਲਾਂ ਕਰ ਰਹੇ ਨੇ, ਅਟੈਕ ਕਰਦੇ ਨੇ, ਉਹਨਾਂ ਦੀ ਗੱਲ ਕਰਨੀ ਪੈਂਦੀ ਹੈ। ਬਿਲਕੁਲ ਜੀ। ਅਸਲ ਗੱਲ ਮੈਂ ਆਪ ਦੇਖਿਆ, ਜਦੋਂ ਅਸੀਂ ਕਰਤਾਰਪੁਰ ਸਾਹਿਬ ਤਕਰੀਬਨ 120 ਕਿਲੋਮੀਟਰ ਲਾਹੌਰ ਤੋਂ ਜੇ ਆਪਾਂ ਆਈਏ ਜੀ, ਰੇਲਵੇ ਲਾਈਨ ਆ ਉੱਥੇ, ਨਾਰੋਵਾਲ ਜ਼ਿਲ੍ਹਾ, ਤਹਿਸੀਲ ਵੀ ਹੈ ਜੀ ਸ਼ੱਕਰਗੜ੍ਹ ਜੀ, ਉੱਥੇ ਦਰਬਾਰ ਸਾਹਿਬ ਸਟੇਸ਼ਨ 'ਤੇ ਉਤਰ ਕੇ ਅਸੀਂ ਤਾਂਗਾ ਕਰਦੇ ਹਾਂ। ਮੈਂ ਬਹੁਤ ਸਾਲਾਂ ਬਾਅਦ ਤਾਂਗੇ 'ਚ ਬੈਠ ਕੇ ਗਿਆ ਸੀ ਜੀ, ਅਤੇ ਵੀਡੀਓ ਬਣਾਉਣੀ ਸੀ, ਫਿਰ ਮੈਂ ਕੈਮਰਾ ਵਾਲੇ ਪੱਤਰਕਾਰ ਨੇ ਤਾਂ ਕੰਮ ਕਰਨਾ, ਮੈਂ ਵੀਡੀਓ ਬਣਾਉਂਦਾ ਆਇਆ, ਬਹੁਤ ਵਧੀਆ ਮਾਹੌਲ। ਅਤੇ ਉੱਥੇ ਜਦੋਂ ਮੈਂ ਐਂਟਰ ਕੀਤਾ ਨਾ ਗੁਰਦੁਆਰਾ ਕਰਤਾਰਪੁਰ ਸਾਹਿਬ 'ਚ, ਉੱਥੇ ਪਹਿਲਾਂ ਵੀ ਇੱਕ ਖੂਹ ਹੈ ਜੀ, ਜਿਹੜਾ ਇਹ ਮੰਨਿਆ ਜਾਂਦਾ ਕਿ ਬਾਬਾ ਨਾਨਕ ਦੇ ਵੇਲੇ ਦਾ ਹੈ ਜੀ। ਲੇਕਿਨ ਉਦੋਂ ਦੂਰ ਇੱਕ ਥੋੜ੍ਹਾ ਜਿਹਾ ਇੱਕ ਹੋਰ ਖੂਹ ਹੈ ਜੀ, ਉਹ ਖੂਹ ਬਾਰੇ ਪਹਿਲਾਂ ਵੀ, ਕਿਉਂਕਿ ਖੂਹ ਜੇ ਬੰਦ ਵੀ ਹੋ ਜਾਂਦੇ ਨੇ ਨਾ, ਅਤੇ ਪਤਾ ਤਾਂ ਲੱਗਦਾ ਵੀ ਇੱਥੇ ਖੂਹ ਹੈ, ਅਤੇ ਉਹਦੇ 'ਚ ਉਹਨੇ ਇੱਕ ਫੋਟੋ ਪਾਈ ਸੀ ਇੱਕ ਬੰਦੇ ਨੇ ਜੀ। ਵੈਸੇ ਉੱਥੇ ਤਾਂ ਕਈ ਬੰਦੇ ਲੱਗੇ ਹੋਏ ਨੇ, ਇੱਕ ਨੌਜਵਾਨ ਆ ਮੁਸਲਮਾਨ, ਉਹ ਵੀਡੀਓ ਬਣਾ ਕੇ ਪਾ ਰਿਹਾ ਅਲੱਗ ਅਲੱਗ ਜਿਹੜੇ ਸਿੱਖ ਇਤਿਹਾਸਕ ਫੇਰ ਰਹਿ ਗਏ ਜਿਹੜੇ ਉਹਨਾਂ ਦੇ, ਅਤੇ ਉਹ ਖੂਹ ਦੀ ਵੀਡੀਓ ਪਾਈ। ਹੁਣ ਜਦੋਂ ਖੁਦਾਈ ਹੋਈ 20 ਫੁੱਟ ਡੂੰਘਾ ਉਹ ਖੂਹ ਮਿਲ ਗਿਆ ਜੀ, ਔਰ ਨਾਨਕ ਸ਼ਾਹੀ ਇੱਟਾਂ ਦਾ ਬਣਿਆ ਹੋਇਆ ਖੂਹ ਹੈ, ਅਤੇ ਜਿਹੜਾ ਬਾਬਾ ਨਾਨਕ ਦੇ ਵੇਲੇ ਦਾ ਖੂਹ ਹੈ, ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬਿਲਕੁਲ ਨਾਲ ਹੈ, ਅਤੇ 3 ਕਿਲੋਮੀਟਰ ਦੂਰ ਹੈ ਸਰ ਸਾਡੇ ਤੋਂ, ਡੇਰਾ ਬਾਬਾ ਨਾਨਕ ਤੋਂ, ਅਤੇ ਖੁਸ਼ੀ ਹੋਣੀ ਸੁਭਾਵਿਕ ਹੈ। ਔਰ ਇੱਥੋਂ ਤੱਕ ਵੀ ਕਿਹਾ, ਜਿਹੜੇ ਉੱਥੋਂ ਦੇ ਗ੍ਰੰਥੀ ਨੇ ਨਾ ਗੋਬਿੰਦ ਸਿੰਘ, ਉਹਨਾਂ ਦਾ ਇੱਕ ਬਿਆਨ ਆਇਆ, ਉਹ ਕਹਿੰਦੇ ਇਹਦਾ ਜਿਹੜਾ ਪਾਣੀ ਹੈ ਬਹੁਤ ਸਾਫ਼ ਸੁਥਰਾ, ਔਰ ਜਦੋਂ ਸੰਗਤਾਂ ਆਇਆ ਕਰਨਗੀਆਂ ਨਿਸ਼ਚਿਤ ਤੌਰ 'ਤੇ ਇਹਦਾ ਜਲ ਲੈ ਕੇ ਜਾਇਆ ਕਰਨਗੀਆਂ। ਤੋ ਇਹ ਇੱਕ ਸ਼ਰਧਾ ਦੀ ਗੱਲ ਹੁੰਦੀ ਹੈ, ਵਿਸ਼ਵਾਸ ਦੀ ਗੱਲ ਹੁੰਦੀ ਹੈ। ਦੋ ਗੁਰੂ ਘਰ ਐਸੇ ਨੇ ਜਿਨ੍ਹਾਂ ਬਾਰੇ ਮੈਂ ਸਮਝਦਾ ਨਾ, ਅਸੀਂ ਡੇਲੀ ਅਰਦਾਸ ਕਰਦੇ ਹਾਂ, ਬਾਕੀ ਉਹ ਲਈ ਵੀ ਕਰਦੇ ਹਾਂ, ਇਹ ਜ਼ਿਆਦਾ ਅਹਿਮੀਅਤ ਰੱਖਦੇ ਨੇ, ਨਨਕਾਣਾ ਸਾਹਿਬ ਅਤੇ ਇਹ ਕਰਤਾਰਪੁਰ ਸਾਹਿਬ, ਜਿੱਥੇ 17 ਵਰੇ ਬਾਬਾ ਨਾਨਕ ਰਿਹਾ ਅਖੀਰਲੀ ਉਮਰ ਦੇ ਵਿੱਚ, ਜਿੱਥੇ ਗੁਰੂ ਅੰਗਦ ਜਿਹੜੇ ਨੇ ਉਹ ਗੁਰੂ ਬਣਦੇ ਨੇ ਦੂਜੇ, ਉੱਥੇ ਖੂਹ ਦਾ ਪਾਣੀ ਲੈ ਕੇ ਸ਼ਰਧਾ ਨਾਲ ਲੋਕ ਜਾਇਆ ਕਰਨਗੇ। ਖੂਹ ਦੀ ਖੁਦਾਈ ਉਹਨਾਂ ਨੇ ਕਰਤੀ, ਔਰ ਹੁਣ ਇਸ ਮੌਕੇ ਇਸ ਵਰੇ ਇਹ ਗੱਲ ਹੋਣੀ ਆਪਣੇ ਆਪ 'ਚ ਹੋਰ ਵੀ ਸ਼ੁਭ ਸੰਕੇਤ ਹੈ। ਤੋ ਮੈਂ ਆਸ ਕਰਦਾ ਕਿ ਇਹ ਵਧੀਆ ਖਬਰ ਦੇ ਨਾਲ ਜਿਹੜਾ ਹੈ ਅਸੀਂ ਇਹ ਆਸ ਕਰੀਏ ਕਿ ਆਉਣ ਵਾਲੇ ਜਿਹੜੇ ਦਿਨ ਨੇ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਦੇ ਹੋਰ ਚੰਗੀ ਤਰ੍ਹਾਂ ਮਨਾਵਾਂਗੇ ਜੀ। ਡਾਕਟਰ ਸਾਹਿਬ, ਸਿੱਟ ਨੇ ਜਿਹੜੀ ਚਾਰਜਸ਼ੀਟ ਦਾਖਲ ਕੀਤੀ ਉਹਦੇ ਵਿੱਚ ਅਕਾਲੀ ਦਲ ਦੇ ਖਿਲਾਫ਼ ਕੋਈ ਸਬੂਤ ਨਹੀਂ ਹੈ, ਹਾਲਾਂਕਿ ਸਿੱਟ ਨੇ ਕਿਹਾ ਹੈ ਕਿ ਇਹ ਚਰਨਜੀਤ ਸ਼ਰਮਾ ਦੇ ਖਿਲਾਫ਼ ਹੈ ਅਤੇ ਜਾਂਚ ਜਾਰੀ ਹੈ, ਸਿੱਟ ਦੇ ਮੁਤਾਬਕ ਕਿਸੇ ਨੂੰ ਕਲੀਨ ਚਿੱਟ ਤਾਂ ਨਹੀਂ ਦਿੱਤੀ ਗਈ। ਦੇਖੋ ਇਹ ਪਤਾ ਨਹੀਂ ਕਿਉਂ ਇਹ ਗੱਲ ਮੀਡੀਆ 'ਚ ਆ ਗਈ ਕਿ ਅਕਾਲੀ ਬਰੀ ਹੋ ਗਏ, ਅਕਾਲੀਆਂ ਦੇ ਖਿਲਾਫ਼ ਕੁਛ ਨਹੀਂ ਜੀ, ਇਸੇ ਕਰਕੇ ਸ਼ਾਇਦ ਸਿੱਟ ਨੂੰ ਇਹ ਗੱਲ ਕਰਨੀ ਪਈ। ਬਿਲਕੁਲ, ਕਿਉਂਕਿ ਹੁਣ ਕਵਰ ਵਿਜੇ ਪ੍ਰਤਾਪ ਨੇ ਵੀ ਜਿਹੜਾ ਹਰੋ ਜੀ ਪ੍ਰੈਸ ਨੂੰ ਬੁਲਾ ਕੇ ਆਪਦੀ ਗੱਲ ਕਰ ਲੈਂਦਾ ਸੀ ਜੀ, ਅਸੀਂ ਅੱਗੇ ਵੀ ਕਿਹਾ ਕਿ ਸਿੱਟ ਆਪਦੀ ਕਾਰਵਾਈ ਕਰਦੀ ਜਾ ਰਹੀ ਹੈ, ਪਰ ਮੀਡੀਆ 'ਚ ਘੱਟ ਆ ਰਹੀ ਹੈ ਗੱਲ ਜੀ। ਹੁਣ 27 ਤਰੀਕ ਤੱਕ ਇਹਨਾਂ ਨੇ ਚਾਰਜਸ਼ੀਟ ਫਾਈਲ ਕਰਨੀ ਸੀ ਜੀ, ਤਾਂ ਚਾਰਜਸ਼ੀਟ ਜਿਹੜੀ ਫਾਈਲ ਕਰਨੀ ਸੀ ਉਹ ਕਰਨੀ ਸੀ ਚਰਨਜੀਤ ਸ਼ਰਮਾ ਦੇ ਖਿਲਾਫ਼ ਜੀ, ਅਤੇ ਜਾਂ ਉਹਦੇ ਜੋ ਜਿਹੜੇ ਸਾਥੀ ਦੋ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਨੇ ਉਹਦੇ ਬਾਰੇ ਕੀਤੀ ਹੈ ਜੀ, ਉਹ ਕੀਤੀ ਹੈ। ਉਹਦੇ 'ਚ ਉਹਨਾਂ ਨੇ ਜਿਹੜਾ ਮੇਨ ਦੋਸ਼ ਲਾਇਆ ਉਹ ਉਹਨਾਂ ਨੇ ਸਬੂਤ ਪੇਸ਼ ਕੀਤੇ ਨੇ ਕਿ ਇਹਨਾਂ ਨੇ ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਸਬੂਤਾਂ ਦੇ ਜਿਹੜਾ ਰਫਾ ਦਫਾ ਕਰਨ ਲਈ ਜੀ ਇਹਨਾਂ ਨੇ ਕੰਮ ਕੀਤਾ। ਉਹ ਤਾਂ ਪਹਿਲਾਂ ਵੀ ਗੱਲ ਆ ਚੁੱਕੀ ਹੈ ਕਿ ਉਹਨਾਂ ਨੇ ਆਪਦੀ ਜਿਪਸੀ 'ਤੇ ਗੋਲੀਆਂ ਚਲਾਈਆਂ, ਗੋਲੀ ਕਿਹੜੀ ਚੱਲੀ, ਕਿੱਥੋਂ ਚੱਲੀ, ਕਿਵੇਂ ਚੱਲੀ, ਇਹ ਸਾਰੀਆਂ ਗੱਲਾਂ 750 ਪੇਜ ਦੀ ਰਿਪੋਰਟ ਜਿਹੜੀ ਹੈ ਉਹ ਹੈਗੀ ਹੈ ਜੀ। ਇੱਥੇ ਇਹ ਉਹਨਾਂ ਨੇ ਪੇਸ਼ ਕਰਤੀ, 27 ਤੱਕ ਨੇ ਕੋ ਕੇਸ ਵੀਕ ਹੁੰਦਾ ਸੀ। ਹੁਣ ਇਹ ਕਹਿਤਾ ਕਿ ਇਹਦੇ 'ਚ ਅਕਾਲੀਆਂ ਦੇ ਖਿਲਾਫ਼ ਕੁਛ ਨਹੀਂ, ਇਹ ਤਾਂ ਹਾਲੇ ਗੱਲ ਹੋਣੀ ਹੈ
कि चरणजीत शर्मा नू ऑर्डर किने दिता जी बिल्कुल ये तो गल आनी है हले बिल्कुल जी तो इस करके उन्होंने फिर कंट्राडिक्शन देनी पई भी ये गलत गल है असी किसी नू क्लीन चिट नहीं दिती जी ना मुख्यमंत्री नू ना ही उप मुख्यमंत्री सुखबीर सिंह बादल नू ना ही बराड़ नू किसी नू असी कुछ नहीं किया सिर्फ ये तो हले पहली जिहड़ी इक्को बंदे दे खिलाफ है वो कीती है बाकी जांच साडी जारी है ये गल पहला भी कही सी समझ लेनी चाहिए हाले सच मुची जांच जारी है जी डॉक्टर साहब कल प्रधानमंत्री मोदी दे नाल सनी देओल दी मुलाकात हुई सनी देओल दे नाल मिल के मोदी ने ये भी लिखता कि हिंदुस्तान जिंदाबाद सी जिंदाबाद रहेगा देखो तुसी ए वो एक फिल्म सी नाम मैं भुल लिया गदर गदर है जी गदर दे विच उदे च नलका पटदे ने जी जी हां वो जेडी नलका पटण वाली है जदों ओह जांदा पाकिस्तान दे विच जी ते जेडी आपदे फिल्मी करैक्टर आपदी बेगम नूं लैण लई उत्थे इह जदों पाकिस्तान जिंदाबाद दे नारे हिंदुस्तान जिंदाबाद दे नारे ते जो पाकिस्तान मुर्दाबाद दा नहीं लाउंदा ते पाकिस्तान जिंदाबाद है रहेगा ते उही नारा मोदी ने आपदे ट्वीट ते कीता ਮੋਦੀ ਦੇ ਕੋਲ ਇੱਕ ਬਹੁਤ ਵੱਡੀ ਕਲਾ ਹੈ ਜੀ ਸਾਡੇ ਪ੍ਰਧਾਨ ਮੰਤਰੀ ਕੋਲ ਜੀ ਬਿਲਕੁਲ ਉਹ ਬਹੁਤ ਵੱਡਾ ਕਲਾਕਾਰ ਹੈ ਮੈਂ ਤਾਂ ਉਸ ਦਿਨ ਵੀ ਕਿਹਾ ਸੀ ਜਦੋਂ ਅਕਸ਼ੇ ਕੁਮਾਰ ਦੇ ਨਾਲ ਉਹ ਇੰਟਰਵਿਊ ਕਰ ਰਿਹਾ ਸੀ ਕਿ ਉੱਥੇ ਪਤਾ ਹੀ ਨਹੀਂ ਲੱਗਦਾ ਵੀ ਅਕਸ਼ੇ ਕੁਮਾਰ ਵੱਡਾ ਕਲਾਕਾਰ ਹੈ ਕਿ ਇਹ ਕਲਾਕਾਰ ਹੈ ਪਰ ਫਿਰ ਇਹ ਲੱਗਣ ਲੱਗ ਗਿਆ ਵੀ ਅਕਸ਼ੇ ਕੁਮਾਰ ਇਹਦੇ ਮੁਕਾਬਲੇ ਕਿਹੜਾ ਕਲਾਕਾਰ ਹੈ ਜੀ ਇਹ ਜ਼ਿਆਦਾ ਵੱਡਾ ਕਲਾਕਾਰ ਹੈ ਹਰ ਚੀਜ਼ ਨੂੰ ਕਿਵੇਂ ਪੋਲੀਟੀਕਲ ਐਂਗਲ ਤੋਂ ਦੇਖਣਾ ਹੈ ਸਿਆਸੀ ਐਂਗਲ ਤੋਂ ਦੇਖਣਾ ਇਹਨਾਂ ਨੂੰ ਆਉਂਦਾ ਹੈ ਫਿਲਮੀ ਡਾਇਲੋਗ ਨੂੰ ਵੀ ਦੇਖੋ ਸਿਆਸੀ ਐਂਗਲ ਬਿਲਕੁਲ ਦਿੱਤਾ ਸਿਆਸੀ ਐਂਗਲ ਬਾਰਡਰ ਫਿਲਮ ਨੂੰ ਉਹਨਾਂ ਦੇ ਦੇਖੋ ਕਿਵੇਂ ਵਰਤਣਾ ਉੱਥੇ ਜੀ ਪਰ ਉਲਟ ਵੀ ਚੱਲ ਸਕਦਾ ਜੇ ਬਾਰਡਰ ਫਿਲਮ ਦੀ ਗੱਲ ਉਹਦਾ ਇਹ ਚਾਂਦਪੁਰੀ ਮੇਜਰ ਬਣਿਆ ਹੈ ਲੇਕਿਨ ਉਸ ਵੇਲੇ ਜਿਹਨਾਂ ਲੋਕਾਂ ਦੇ ਬਾਰਡਰ ਏਰੀਏ 'ਚ ਇਲੈਕਸ਼ਨ ਲੜ ਰਿਹਾ ਜੀ ਅਤੇ ਉੱਥੇ ਮੈਨੂੰ ਨਹੀਂ ਲੱਗਦਾ ਕਿ ਸਾਰੇ ਲੋਕ ਉਸ ਤਰ੍ਹਾਂ ਹੀ ਸੋਚਦੇ ਹੋਣਗੇ ਉਲਟ ਵੀ ਸੋਚਦੇ ਹੋਣਗੇ ਕਿਉਂਕਿ ਬਹੁਤ ਸਾਰੇ ਲੋਕ ਸ਼ਾਂਤੀ ਦੀ ਗੱਲ ਸੋਚਦੇ ਨੇ ਕੋਈ ਇਹ ਜ਼ਰੂਰੀ ਨਹੀਂ ਕਿ ਸਾਰੇ ਪਾਕਿਸਤਾਨ ਨਾਲ ਲੜਾਈ ਦੀਆਂ ਗੱਲਾਂ ਸੋਚਦੇ ਨੇ ਖਾਸ ਤੌਰ ਤੇ ਬਾਰਡਰ ਦੇ ਏਰੀਏ ਦੇ ਲੋਕ ਉਹਨਾਂ ਨੂੰ ਕਿਉਂਕਿ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਨਹੀਂ ਵੀ ਇਹ ਗੱਲ ਜੀ ਗੱਲ ਤਾਂ ਇਹ ਹੈ ਕਿ ਸਨੀ ਦਿਓਲ ਆਪਦੀ ਦੂਜੀ ਜਿਹੜੀ ਹੈ ਜੀ ਪਾਰੀ ਖੇਡਣ ਲਈ ਜ਼ਿੰਦਗੀ ਦੀ ਸਿਆਸੀ ਪਾਰੀ ਉਹ ਤਿਆਰ ਹੋ ਗਿਆ ਉਹਨੇ ਮੋਦੀ ਤੋਂ ਲੈ ਲਿਆ ਆਸ਼ੀਰਵਾਦ ਪਹੁੰਚ ਗਿਆ ਅੱਜ ਨੋਮੀਨੇਸ਼ਨ ਦਾ ਆਖਰੀ ਦਿਨ ਹੈ ਭਰਨੇ ਨੇ ਹੁਣੇ ਦੇਖਣਾ ਕਿ ਲੋਕ ਕਿੰਨਾ ਕੁ ਜਿਹੜਾ ਹੈ ਰਿਸਪੋਂਸ ਦਿੰਦੇ ਨੇ ਲੋਕ ਸਿਰਫ ਸੈਲਫੀਆਂ ਖਿਚਾਉਂਦੇ ਨੇ ਲੋਕ ਧਰਮਿੰਦਰ ਅਤੇ ਬੌਬੀ ਦਿਓਲ ਨੂੰ ਦੇਖਣ ਉਹਨਾਂ ਨੇ ਵੀ ਆਉਣਾ ਉਹਨਾਂ ਨੂੰ ਦੇਖਣ ਆਉਂਦੇ ਨੇ ਜਾਂ ਲੋਕ ਇਹ ਸਮਝਦੇ ਨੇ ਕਿ ਇਹ ਕਲਾਕਾਰ ਜਿਹੜੇ ਨੇ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਮਿਲ ਕੇ ਇਹਨਾਂ ਨਾਲ ਇਕੱਠ ਕਰਕੇ ਦੇਖ ਕੇ ਸਾਡੇ ਮਸਲੇ ਹੱਲ ਹੋ ਜਾਣਗੇ ਜੀ ਧਰਮਿੰਦਰ ਆਇਆ ਜੀ ਬੌਬੀ ਦਿਓਲ ਆਇਆ ਚਲੋ ਜੀ ਇਕੱਠੇ ਹੋ ਕੇ ਚੱਲੀਏ ਉੱਥੇ ਫੋਟੋਆਂ ਖਿਚਾਈਏ ਫਿਰ ਉਹਦੇ ਨਾਲ ਰੁਜ਼ਗਾਰ ਮਿਲ ਜੂ ਲੋਕਾਂ ਨੂੰ ਫਿਰ ਲੋਕ ਦੇਖਣਗੇ ਵੀ ਉਹਨਾਂ ਦੇ ਵਿੱਚ ਕਿਸਾਨ ਜਿਹੜਾ ਹੈ ਖੁਦਕੁਸ਼ੀ ਕਰਨ ਨੂੰ ਹਟ ਜੂ ਬਿਲਕੁਲ ਜੀ ਜਿਹੜੇ ਮੇਨ ਮੁੱਦੇ ਨੇ ਜੀ ਜੇ ਉਹਨਾਂ ਨੂੰ ਪਤਾ ਲੱਗ ਜੂ ਵਾਤਾਵਰਨ ਦਾ ਮੁੱਦਾ ਖਤਮ ਹੋ ਜੂ ਸਿੱਖਿਆ ਸਿਹਤ ਇਹਨਾਂ ਦੇ ਆਉਣ ਨਾਲ ਸਾਰਿਆਂ ਦੀ ਸਿਹਤ ਠੀਕ ਹੋ ਜੂਗੀ ਜੀ ਇਹ ਸਾਰੀਆਂ ਗੱਲਾਂ ਲੋਕਾਂ ਨੇ ਸੋਚਣੀਆਂ ਨੇ ਬਿਲਕੁਲ ਜੀ ਇਹ ਵੱਖਰੀ ਗੱਲ ਹੈ ਕਿ ਸੁਨੀਲ ਜਾਖੜ ਬਹੁਤ ਦੁਖੀ ਹੈ ਸੁਨੀਲ ਜਾਖੜ ਨੂੰ ਲੱਗਦਾ ਸੀ ਸਲਾਰੀਏ ਨੂੰ ਟਿਕਟ ਮਿਲ ਜਾਂਦੀ ਕਪਤਾ ਖੰਨਾ ਨੂੰ ਟਿਕਟ ਮਿਲ ਜਾਂਦੀ ਸ਼ਾਇਦ ਉਹ ਆਰਾਮ ਨਾਲ ਜਿੱਤ ਜਾਂਦਾ ਇਹ ਗੱਲ ਜ਼ਰੂਰ ਹੈ ਕਿ ਸਨੀ ਦਿਓਲ ਦੇ ਆਉਣ ਨਾਲ ਜਾਂ ਇਹਨਾਂ ਤਿੰਨਾਂ ਪਿਓ ਪੁੱਤਾਂ ਦੇ ਆਉਣ ਨਾਲ ਜਮਲਾ ਜੱਟ ਦੀਵਾਨਾ ਪਤਾ ਨਹੀਂ ਕੀ ਇਹੋ ਜਿਹੀਆਂ ਫਿਲਮਾਂ ਆਈਆਂ ਸੀ ਉਹਨਾਂ ਦੇ ਤਿੰਨਾਂ ਦੇ ਆਉਣ ਨਾਲ ਮੈਂ ਤਾਂ ਹਿੰਦੁਸਤਾਨ ਦੇ ਲੋਕਾਂ 'ਤੇ ਹੈਰਾਨ ਹੈ ਵੀ ਉਹ ਇੱਕ ਪ੍ਰੋਫੈਸ਼ਨ ਹੈ ਅਤੇ ਲੋਕ ਉਸ ਪ੍ਰੋਫੈਸ਼ਨਲ ਬੰਦਿਆਂ ਨੂੰ ਕਿਉਂ ਸਿਰ 'ਤੇ ਚੱਕੀ ਫਿਰਦੇ ਨੇ ਲੋਕਾਂ ਨੂੰ ਫਰਕ ਦਾ ਹੀ ਨਹੀਂ ਪਤਾ ਵੀ ਉਹ ਕਲਾਕਾਰ ਜਿਹੜਾ ਹੈ ਅਸਲੀ ਹੀਰੋ ਅਤੇ ਜਿਹੜਾ ਪਰਦੇ ਦਾ ਹੀਰੋ ਉਹਦੇ ਵਿੱਚ ਫਰਕ ਪਰਦੇ 'ਤੇ ਜਿਹੜਾ ਕੁਛ ਦੇਖਦੇ ਉਹ ਸੱਚ ਨਹੀਂ ਹੁੰਦਾ ਜੀ ਅਤੇ ਫਿਰ ਉਹ ਲੇਕਿਨ ਮੈਂ ਜਿਵੇਂ ਦੱਸਿਆ ਸੀ ਉਹ ਦੀਪਿਕਾ ਬਣੀ ਸੀਤਾ ਉਹਨੂੰ ਖੜਾ ਕਰਤਾ ਭਾਰਤੀ ਜਨਤਾ ਪਾਰਟੀ ਨੇ ਖੜਾ ਕੀਤਾ ਸੀ ਅਤੇ ਉਹ ਜਿੱਤ ਵੀ ਗਈ ਔਰ ਲੋਕ ਜਦੋਂ ਜਾਇਆ ਕਰੇ ਰਮਾਇਣ ਦੀ ਸੀਤਾ ਬੀਬੀ ਅਤੇ ਉਹਦੇ ਲੋਕ ਪੈਰੀ ਹੱਥ ਵੀ ਲਾਇਆ ਕਰਨ ਸੀਤਾ ਸਮਝ ਕੇ ਤੋ ਉਦੋਂ ਬਾਅਦ ਤੁਸੀਂ ਤੁਹਾਡੇ ਸਾਹਮਣੇ ਹੈ ਕਿ ਉਹ ਹੋਰ ਵੀ ਕਈ ਪੁੱਠੇ ਦੇ ਰੋਲ 'ਚ ਵੀ ਆਈ ਤੋ ਅਸੀਂ ਸਾਨੂੰ ਸਮਝ ਲੈਣਾ ਚਾਹੀਦਾ ਸਨੀ ਦਿਓਲ ਕਲਾਕਾਰ ਵਧੀਆ ਹੋ ਸਕਦਾ ਪੰਜਾਬ ਦਾ ਪੁੱਤ ਹੋ ਸਕਦਾ ਪੰਜਾਬ ਦਾ ਜੱਟ ਹੋ ਸਕਦਾ ਸਾਰਾ ਕੁਛ ਠੀਕ ਹੈ ਲੇਕਿਨ ਅਸੀਂ ਦੇਖੀਏ ਇੱਕ ਲੋਕਤੰਤਰ ਜਿਹੜਾ ਮਜ਼ਬੂਤ ਲੋਕਤੰਤਰ ਉਹ ਤਾਂ ਮੁੱਦਿਆਂ ਦੀ ਗੱਲ ਕਰਦਾ ਉਹ ਇਹ ਪੁੱਛਦਾ ਕਿ ਸਨੀ ਦਿਓਲ ਜੀ ਸਾਨੂੰ ਇਹ ਦੱਸੋ ਤੁਸੀਂ ਤੁਹਾਡਾ ਸਟੈਂਡ ਕੀ ਹੈ ਪਹਿਲਾਂ ਕਿੰਨੀ ਵਾਰ ਤੁਸੀਂ ਪਹਿਲਾਂ ਤਾਂ ਤੁਸੀਂ ਪੋਲੀਟੀਕਲੀ ਕਿ ਤੁਹਾਡਾ ਰੌਲਾ ਕੀ ਹੈ ਕਿ ਤੁਸੀਂ ਪੋਲਿਟਿਕਸ 'ਚ ਆਏ ਕਿਉਂ ਤੋ ਇਹ ਇਹਦਾ ਕੋਈ ਦੱਸੋ ਨਾ ਤੁਸੀਂ ਪੈਸਾ ਕਮਾਉਣਾ ਸੇਵਾ ਸੇਵਾ ਪਹਿਲਾਂ ਕਿੰਨੀ ਕੁ ਕੀਤੀ ਹੈ ਤੁਸੀਂ ਬਹੁਤ ਸਾਰੇ ਸਵਾਲ ਨੇ ਜਿਹੜੇ ਲੋਕ ਪੁੱਛਣਗੇ ਲੇਕਿਨ ਅੱਜ ਇਹ ਜਿਹੜਾ ਹੈ ਉੱਥੇ ਇਲੈਕਸ਼ਨ ਦੇ ਲਈ ਆਪਦੀ ਜਿਹੜੀ ਹੈ ਨਾਮਜ਼ਦਗੀ ਭਰੇਗਾ ਇਹ ਗੱਲ ਬਿਲਕੁਲ ਸਪਸ਼ਟ ਹੈ
डॉक्टर साहब उपराष्ट्रपति वेंकैया नायडू ने कहा है कि सानू कदे भी अपनी माँ बोली माता पिता देश धर्म नू नहीं भुलना चाहिए। जी ये नायडू साहब उपराष्ट्रपति ने जी वाइस प्रेसिडेंट ऑफ इंडिया जी बिल्कुल जिहड़ा पंजाब यूनिवर्सिटी है ना जी चंडीगढ़ दी जी तो हुण तां दसना पैंदा कि पंजाब यूनिवर्सिटी क्योंकि बहुत सारे लोगों ने दूजे नाम रख ले फेरा फेरी करने लई मतलब कि लोगों भुलेखा पै जाए जिम्मे आप कहने पटियाला यूनिवर्सिटी वैसे नाम रखना नहीं देना चाहिए क्योंकि पंजाबी यूनिवर्सिटी पटियाला तो चंडीगढ़ यूनिवर्सिटी भी आ गई तो लोगों को भुलेखे पैन भी लग गए। मैं गल कर रहा पंजाब यूनिवर्सिटी चंडीगढ़ की जी स्टेट यूनिवर्सिटी है पर अजीब किस्म की स्टेट यूनिवर्सिटी है ये तीन स्टेटा जड़िया पंजाब हरियाणा हिमाचल दे बच्चे ज़्यादा आते हैं पंजाब तो हरियाणा दरकार का भी थोड़ा जहा रोल होंगे लेकिन जिमें पंजाबी यूनिवर्सिटी गुरु नानक देव यूनिवर्सिटी इन्हों का जो चांसलर है वह गवर्नर होंगे पंजाब यूनिवर्सिटी का गवर्नर जोड़ा है वह चांसलर नहीं होंगे गवर्नर की बजाय इतने जोड़ा उपराष्ट्रपति चांसलर होंगे ठीक है पंजाब यूनिवर्सिटी का जी तो वो चांसलर साहब की हैसियत उपराष्ट्रपति भी हैसियत आ सकते हैं चांसलर की हैसियत भी आ सकते हैं वो आए कन्वोकेशन से और उन्होंने सचमुच ही कल एक बहुत बढ़िया भाषण दिता और बढ़िया सुनेहा दिता वो ये कहते ने कि जिहड़ी बोली है ना अपनी माँ तो सीखी हुई बोली इनू किसी नू कदे भी नहीं भुलना चाहिए बिल्कुल जी। कली उन्होंने बोली दी गल नहीं की उन्होंने कहा कि जन्मभूमि गुरु जी मापे जी ते ये सारे इन्ने इंपोर्टेंट ने बंदा इन्हों याद रखे जी। और साढ़े सभ्याचार तो सचमुच ही मैं जिमें अक्सर कहना कि कुंती पुत्र अर्जन जी द्रोणाशिष पहला गुरु पहला बिल्कुल जी तो गुरु का नाम नाल बंदा जाने जाता है माँ बोली जी वो अपने आप बहुत बड़ी गल है पर उन्होंने जी गल कही जी दे नायडू साहब ने कि असी अंग्रेजी दे मगर बहुत पै गए जी अंग्रेजी जी है वो सानू मार रही है बिल्कुल जी ठीक कह रहे हो तुसी नायडू साहब इंग्लिश ने मारिया सानू कंपलैक्स पैदा करता पंजाबी तो अंग्रेजी लई कमला होया फिरदा और पंजाब दे विच अरबां रुपए का अंग्रेजी कला व्यापार करती है जी और अंग्रेजी सीखन लई लोग दूरों दूरों पिंडां तो आ के शहरां च रह के कुड़िया मुंडे प्लस टू तो बाद कॉलेज जाना छड़ गए सिर्फ आईएलएस पास करके अंग्रेजी सीखन दे मगर पै गए अंग्रेजी ने इन्ना जड़ा है साढ़े ते कब्जा किया दो चीज़ा जदों भी कोई कौम गुलाम होंदी है ना दो चीज़ा ते अटैक होंदा एक माँ बोली ते अटैक होंदा एक धर्म ते अटैक होंदा तो माँ बोली दा अटैक बहुत बड़ा अटैक सी साढ़े इत्थे वो हाले तक साढ़े तो राज कले आईएलएस नहीं ना वो तो फीस भी तो बाहर जाती है जी। तो ये सीधा जिहड़ा गल कल नायडू साहब ने की पर जिहड़ी हैरानी की गल है कले उन्होंने कहन नाल नहीं असी क्यों नहीं समझते बिल्कुल जी। मैं बहुत बार कहा कि साढ़े जिहड़े लोग कहिंदे ने जिहड़े लोग पंजाबी दे नाम ते रोटी खाते ने उन्हां दा अपना किरदार जरूर देखिए कि उन्होंने आपके बच्चों को कितने पढ़ाते हैं किन्नी पंजाबी पढ़ाते हैं किन्ना पंजाबी लिखते हैं और मैं वैसे एक दिन जेडे बहुत लोग पंजाबी दे साहित्यकार बनाते अपने कहते वैसे उन्होंने फोटो जो खिंचन लग गया जाके उन्होंने घर तो घर उन्होंने पंजाबी नेम प्लेट ही नहीं लिखे कार्ड नहीं लिखते ठीक है पिंडा नू बसा जांदियां ने वह भी अंग्रेजी च आ जूस की रेहड़ी लाई खड़ा गन्नियां दे वह भी अंग्रेजी च तो इहदा मतलब कि अंग्रेजी साढ़े ते हर किस्म दा राज करन लग गई। नायडू साहब तुसी ठीक कह रहे हो पंजाब यूनिवर्सिटी चंडीगढ़ च सब तो ज्यादा हाल पंजाबी दा उत्ते माड़ा है तुसी उपराष्ट्रपति हो चंडीगढ़ च पंजाब जिहड़ा पंजाब दे पिंडां नू आजाड़ के बनाया है उत्थे दा पंजाबी नू कोई पुछदा नहीं उत्थे एक सैमीनार कीता पंजाब यूनिवर्सिटी इत्थे कला भवन च ते मैं उदू बाद उहदा प्रेस नोट टाइप कराउण लई मैनूं मोहाली जाणा पिया जी किसे नूं पंजाबी नहीं आउंदी सी उत्थे किसे नूं तो इस तरह के हाल के तुहाडा पंजाब यूनिवर्सिटी ते जाके पंजाबी दे हक च नहीं तुसी बोले तुसी माँ बोली दे हक च बोले हो जी तुहाडे नाल सहमत है
पर मैं जिन्हों की माँ बोली पंजाबी है उन्होंने मैं जरूर कहूँगा कि तुसी इस अपने नजरिए तो देखो जी। ते नहीं तो बई कि हालांकि मैनू आस नहीं भी वह 50 साल खत्म हो लई जी कुलदीप नैयर ला गया सलोती, लेकिन श्री गुरु ग्रंथ साहब इस बोली च है बिल्कुल। और मीडिया के लोग भी जोड़ा है पंजाबी दे चैनल ने, पर मैनू जो पुछते ने कि कुड़ी जी पंजाबी बैठी है एक घर न घर क्यों कहती है, भूआ न बुआ क्यों कहती है, फिर उन्होंने दसी दे इन्हों गुरमुखी नहीं आती। ये सक्रिप्ट पढ़ते ने देवनागरी च, तो देवनागरी च घग्गा है नहीं जी, ना ही पब्बा, तो उन्होंने भूआ न बुआ कहना ही है जी, उन्हें घर न घर कहना ही है, तो फिर दिल्ली च बैठी पंजाबी जी एंकर है वह की करे जी। तो इस करके गुरमुखी न, तो असी नायडू साहब के नाल बिल्कुल सहमत हैं। अंग्रेजी आने का मतलब ये नहीं कि अकल ज़्यादा आ जाती है जी, अकल का लैंग्वेज नाल कोई संबंध नहीं होंदा जी। बहुत सारे ऐसे बंदे ने जिन्हें अंग्रेजी आती है पर दूजे उत्थों पैदल ही होंदे ने जी। तो इस करके असी सहमत हाँ जो कल पंजाब यूनिवर्सिटी बोल के गए ने, पर असी ये भी कहने हैं कि तुसी भी कुछ करो ना, तुसी क्यों चंडीगढ़ नूं साडे नूं मतलब मतरेई वां वाला सलूक क्यों कर दे हो पंजाब दे नाल, बिल्कुल ये नहीं करना चाहिए जी। डॉक्टर साहब भगवंत मान ने दोष लाया है कि जो कांग्रेस है वह 10-10 करोड़ रुपए च खरीद रहे ने MLAs नूं आप दे। बिल्कुल जी, फिर तो बड़े कमाल की चीज़ है। भगवंत मान प्रधान साहब ये कहते ने कि 10 करोड़ च मानशैया खरीदया गया जी, और नाल उन्होंने कहा कि तैनू पोल्यूशन बोर्ड की चेयरमैन नहीं देवांगे। देखो एक गल, 10 करोड़ वाली तो मैं लगती नहीं सच्ची जी। मैं कंवर संधू नाल 100% सहमत हाँ जी। मैं बहुत पुराना जानता नाजर सिंह मानशैया जी, जदों इत्थे पोल्यूशन बोर्ड च अफसर होंदे सी, और असी उन्हों इमानदार मनते हुण भी मनते, वक्री गल है उहदा आपदा एक तर्क है पार्टी छड्डना क्यों छड्डी जी, जड़ा है इस माड़े टाइम ते जदों उन्हों लग्या कि ना सुखपाल खैरे दे पल्ले कुछ है ना पा आप दे पल्ले कुछ है छड़ गया, ये सारिया गल्लां बखरियां ने, पर जो खरीदया गया 10 करोड़ लगता नहीं जी। यही गल कमर संधू ने कही है भी लगता नहीं है भी वो जड़ा जड़ा वो बिकदा जी। लेकिन जी दूजी गल, शायद पोल्यूशन बोर्ड का चेयरमैन बन जाए, तो जो बन गया सच्ची गल है तो पंजाब का काम वधिया होगा जी, क्योंकि उन्हें रिश्वत नहीं लैनी, उन्हें कम चला लेना, इन्ना कु तो मैं पता है। चलो ये गल नहीं, लेकिन भगवंत मान का यह कहना कि 10-10 करोड़ च, वो भाई कोई सबूत तो बिना एक दूजे तो ये जे तुम कह रहे हो खरीद रहे ने, थोड़ी अपनी बेइज्जती हो रही है जी। होर ना किसी कहता, तो बिल्कुल कैप्टन अमरिंदर सिंह का जवाब बहुत वधिया, वो कहते मैनू की लोड़ है, मेरे को इन्नी मेजोरिटी है। कैप्टन कहता कि मैं क्यों खरीदूंगा, खरीदते जिन्होंने लोड़ होंगी है, सानू तो लोड़ ही नहीं खरीद की, तो यदा मतलब तुम दुकान से लाई बैठे हो फटा भी असि तैयार बैठे भी आ जाओ जी, जी। और ये गल भी है अमरजीत सिंह सनोवा बारे लोगों ने कि भी अज उन्हें आ जाना जी, तो जे आ गया तो फिर कमाल की गल हो जूगी, फिर तो फिर यदा मतलब यह है कि तुहानू पता भी है। वैसे तो मैं समझदा बेड़ा गर्क करन लई पंजाब दा, क्योंकि पंजाबियों ने एक बहुत बड़ा सुपना देखा सी जी, जिहड़ा मैं समझदा कदे भी नहीं, विक्रम मजीठिया ने तो माफ़ करता केजरीवाल नूं जी, लेकिन पंजाब कदे नहीं केजरीवाल नूं माफ़ करूँ, क्योंकि उन्हें पंजाबियों का सुपना तोड़िया जी। असी पोलीटिकल गल्लां छड़ दईए, असी एक थर्ड बदल की गल उदों कर रहे सी, वह जिहड़े तोड़न दे विच उन्हां दी कोई तरजीह नहीं सी, उहदा बिल्कुल उन्हें अपने हिसाब नाल, ते जिहड़े बंदे उहदे नाल लगे इस काम च उन्हां दा भी सानूं लोकां च लैके आउणा चाहीदा कि यह बंदिया ने साथ दिता पंजाब दा सुपना तोड़न दे विच जी। डॉक्टर साहब बीबा हरसिमरत कौर बादल दे लई हुण कालियां झंडियां मुसीबत बन रही ने, लोग सवाल कर रहे ने उहनां नूं। सवाल किहनूं कर रहे जी? जी कल्ली हरसिमरत नूं थोड़ी कर रहे ने जी, सवाल राजा बड़िंग नूं भी कीता, सवाल रणीके नूं भी कीता, सवाल कल केवल सिंह ढिल्लों नूं भी कीता कि सानू दसो सत्ताधारी तेन तो सवाल कर रहे हैं कि वोट किस मूँह ते पाइए, थोड़ा दसो सानू जी क्यों पाइए, कीता की है दसो तुसी, तो 2 साल हो गए जी, जी। जिहड़े तुसी आ सानू मतलब लारे लाए सी कि लीक फेर दांगे, नशा का अज भी एक बंदा नशे ना ओवरडोज ना मरा गया, ठीक है, अज भी मरा गया, हर रोज 2-3 बंदे मर रहे जी। वह दसो कि नौजवान कहते घर घर रुजगार दो, कितने रुजगार, ये कोई रुजगार है कि जो अभी पहले यूनिवर्सिटियाँ चला
ਜਿਹੜੇ ਪਲੇਸਮੈਂਟ ਹੁੰਦੀ ਸੀ ਨਾ ਜੀ ਜੀ ਉਹਨੂੰ ਰੁਜ਼ਗਾਰ ਮੇਲੇ ਕਹਿ ਕੇ ਤੁਸੀਂ ਇਹ ਰੁਜ਼ਗਾਰ ਥੋੜੀ ਹੁੰਦਾ ਹੈ। ਬਿਲਕੁਲ ਨੌਕਰੀਆਂ ਕਿੰਨੀਆਂ ਕੱਢੀਆਂ ਕੀ ਕੀਤਾ ਜੀ ਹਾਲਾਤ ਤਾਂ ਉਦੋਂ ਬਦਤਰ ਹੋਏ ਪਏ ਨੇ ਜੀ ਇਹ ਤਾਂ ਲੋਕ ਪੁੱਛਦੇ ਨੇ ਉਹਨਾਂ ਨੂੰ ਜੀ ਅਕਾਲੀਆਂ ਨੂੰ ਪੁੱਛਦੇ ਨੇ ਜਿਹੜੇ ਜਿਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਤੀਆਂ ਹਨ ਜੀ ਹੁਣ ਕਾਲੀਆਂ ਝੰਡੀਆਂ ਦਿਖਾ ਇੱਕ ਨਵਾਂ ਕੰਮ ਸ਼ੁਰੂ ਹੋਇਆ ਕਿ ਇਕੱਲੇ ਸਵਾਲ ਨਹੀਂ ਕਰਦੇ ਜੀ ਕਾਲੀਆਂ ਝੰਡੀਆਂ ਉਹ ਖੜ ਕੇ ਰਾਹ 'ਚ ਖੜ ਜਾਂਦੇ ਨੇ ਜੀ ਤਾਂ ਤੁਸੀਂ ਉਹਨੂੰ ਕਿੰਨਾ ਕਿ ਨੂੰ ਰੋਕੋਗੇ ਸੜਕ 'ਤੇ ਬੈਠ ਜਾਓ ਜਦੋਂ ਕੋਈ ਨਿਕਲੇ ਉਦੋਂ ਕਾਲੀ ਝੰਡੀ ਕਰਦਾ ਅੱਛਾ ਉਹਦਾ ਮਤਲਬ ਬੜਾ ਸਿੰਪਲ ਹੈ ਇਹਨਾਂ ਨੂੰ ਇਹ ਪੁੱਛਦੇ ਨੇ ਤੁਸੀਂ ਬੇਅਦਬੀ ਦੇ ਬਿਲਕੁਲ ਜੀ ਬੇਅਦਬੀ ਦੇ ਮਾਮਲਿਆਂ ਤੇ ਤੁਸੀਂ ਤੁਸੀਂ ਜਥੇਦਾਰਾਂ ਤੋਂ ਮਾਫੀ ਦਵਾਈ ਬਿਲਕੁਲ ਜੀ ਠੀਕ ਹੈ ਤੁਸੀਂ ਕੀਤਾ ਕੁਛ ਨਹੀਂ ਜੀ ਹੁਣ ਕੱਲ ਜਦੋਂ ਸਵਾਲ ਕਰਨ ਲੱਗੇ ਉਹ ਕੱਲ ਪਹਿਲਾਂ ਤਾਂ ਇਹਨਾਂ ਦਾ ਮੋਬਾਈਲ ਰਖਾਉਣ ਦੀ ਕੋਸ਼ਿਸ਼ ਕੀਤੀ ਜੀ ਕਿਉਂਕਿ ਲੋਕ ਨਾ ਦੀ ਨਾ ਵੀਡੀਓ ਬਣਾ ਲੈਂਦੇ ਬਿਲਕੁਲ ਜੀ ਮਤਲਬ ਜਿਵੇਂ ਕੱਲ ਕੇਵਲ ਸਿੰਘ ਢਿੱਲੋਂ ਭੱਜਿਆ ਜਿਵੇਂ ਹਰਸਿਮਰਤ ਭੱਜੀ ਹੈ ਜਿਵੇਂ ਲੋਕ ਹੁਣ ਡਰਨ ਲੱਗ ਗਏ ਹੁਣ ਮੋਬਾਈਲ ਰਖਾਓਗੇ ਜੁੱਤੀਆਂ ਰਖਾਓਗੇ ਕੀ ਰਖਾਓਗੇ ਤੁਸੀਂ ਮਦਰ ਲੋਕਾਂ ਕੋਲ ਜਾਣਾ ਲੋਕਾਂ ਨੇ ਸਵਾਲ ਕਰਨੇ ਕਰਨੇ ਨੇ ਲੋਕ ਹੋ ਗਏ ਅਵੇਅਰ ਹੁਣ ਲੋਕ ਚਤੰਨ ਹੋ ਗਏ ਔਰ ਜਿਹੜੇ ਚਤੰਨ ਲੋਕ ਨੇ ਨਾ ਉਹ ਤੁਹਾਨੂੰ ਪੁੱਛਣਗੇ ਕਿ ਤੁਸੀਂ ਸਾਨੂੰ 5 ਸਾਲ ਜਿਹੜਾ ਅਸੀਂ ਤੁਹਾਨੂੰ ਦਿੱਤੇ 10 ਸਾਲ ਦਿੱਤੇ ਅਕਾਲੀ ਉਹ ਤੁਸੀਂ ਕੀ ਕੀਤਾ ਤੁਹਾਨੂੰ ਅਸੀਂ ਦਿੱਤਾ ਅਕਾਲੀਆਂ ਨੂੰ ਬਦਲ ਕੇ ਕਾਂਗਰਸੀ ਹੋ ਤੁਸੀਂ ਸਾਨੂੰ ਕੀ ਦਿੱਤਾ ਹੁਣ ਜਿਹੜੇ ਲੋਕ ਨੇ ਨਾ ਅੱਕੇ ਪਏ ਨੇ ਕਿ ਬਹੁਤ ਠੱਗੀ ਵੱਜ ਗਈ ਅਤੇ ਹੁਣ ਤਾਂ ਅਸੀਂ ਬਿਲਕੁਲ ਤੁਹਾਡੇ ਸਾਨੂੰ ਤਾਂ ਤੁਸੀਂ ਆਹ ਸਾਡੇ ਸਵਾਲ ਨੇ ਇਹਨਾਂ ਦੇ ਜਵਾਬ ਦਿਓ ਜੇ ਵੋਟ ਲੈਣੀ ਹੈ ਉਸ ਪਾਸੇ ਨੂੰ ਵੱਧ ਰਿਹਾ ਕਾਲੀਆਂ ਝੰਡੀਆਂ ਜਾਂ ਕਿਸੇ ਨੂੰ ਰੋਕਣ ਨਾਲ ਜਾਂ ਧੱਕਾ ਮੁੱਕੀ ਕਰਨ ਨਾਲ ਇਹ ਧੱਕਾ ਮੁੱਕੀ ਵੀ ਕਰਦੇ ਨੇ ਇੱਕ ਹਿਮਾਚਲ ਦੇ ਵਿੱਚ ਕਿਸੇ ਚੈਨਲ ਦੇ ਬੰਦੇ ਨੂੰ RSS ਨੂੰ ਸਵਾਲ ਕਰਤਾ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਬੰਦਾ ਕੁੱਟਿਆ ਉਹ ਭਾਈ ਇਹ ਕੁੱਟਣ ਨਾਲ ਸਮਾਂ ਹੋਰ ਤੁਹਾਡੇ ਗੱਲ ਜਾਊ ਮੋਬਾਈਲ ਖੋਣ ਨਾਲ ਤੁਹਾਡੇ ਹੋਰ ਵੀ ਵੀਡੀਓ ਨਾ ਬਣਾ ਤੁਹਾਡੇ ਪੁੱਠੇ ਪੈ ਜੂਗੀ ਗੱਲ ਹੁਣ ਤਾਂ ਸਿਰਫ ਤੇ ਸਿਰਫ ਉਹੀ ਬੰਦੇ ਸਿਆਸਤ 'ਚ ਆਉਣ ਜਿਹੜੇ ਉਹ ਇਹਨਾਂ ਗੱਲਾਂ ਦਾ ਜਵਾਬ ਦੇ ਸਕਣ ਅਦਰਵਾਈਜ਼ ਫਿਰ ਜਿਹੜਾ ਰਾਜਾ ਬਣਿੰਗ ਨੇ ਕਿਹਾ ਨਾ ਵੀ ਨੌਕਰੀਆਂ ਤਾਂ ਭਾਈ ਬਾਬਾ ਨਾਨਕ ਵੀ ਨਹੀਂ ਦੇ ਸਕਦਾ ਫਿਰ ਤੁਸੀਂ ਕੀ ਕਰਦੇ ਫਿਰਦੇ ਉੱਥੇ ਲੋਕ ਇਹ ਤੁਹਾਨੂੰ ਸਵਾਲ ਕਰਨ ਲੱਗ ਜਾਣਗੇ ਜੀ ਅਸੀਂ ਆਪ ਜੀ ਨੂੰ ਦੱਸ ਦਈਏ ਕਿ ਲਾਈਵ ਕਾਲਿੰਗ ਦੇ ਰਾਹੀਂ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਵੀ ਬਣ ਸਕਦੇ ਹੋ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰਕੇ ਡਾਕਟਰ ਸਾਹਿਬ ਨੂੰ ਕੋਈ ਸਵਾਲ ਵੀ ਕਰ ਸਕਦੇ ਹੋ ਅਤੇ ਡਾਕਟਰ ਸਾਹਿਬ ਅੱਜ ਸ਼ੁਰੂਆਤ ਵਿੱਚ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ ਹਾਂਜੀ ਹੈਲੋ ਹੈਲੋ ਹਾਂਜੀ ਸਵਾਗਤ ਹੈ ਜੀ ਆਪ ਜੀ ਦਾ ਖਬਰ 'ਤੇ ਨਜ਼ਰ ਦੇ ਵਿੱਚ ਜੀ ਹੈਲੋ ਹੈਲੋ ਜੀ ਹੈਲੋ ਹਾਂਜੀ ਸਰ ਬੋਲੋ ਜੀ ਤੁਸੀਂ ਐ ਕਰੋ ਭਾਈ ਸਾਹਿਬ ਕਿ ਇੱਕ ਤਾਂ ਆਪਣੇ ਟੀਵੀ ਦੀ ਆਵਾਜ਼ ਘੱਟ ਕਰਕੇ ਜੋ ਗੱਲ ਕਰਨੀ ਆ ਉਹ ਪੁੱਛੋ ਸਵਾਲ ਕਰੋ ਟਿੱਪਣੀ ਕਰੋ ਜੋ ਤੁਹਾਡਾ ਦਿਲ ਕਰਦਾ ਹੈ ਉਹ ਜੀ ਗੱਲ ਤਾਂ ਕੋਈ ਨਹੀਂ ਮੈਂ ਤਾਂ ਅਗਲ ਗਏ ਤੇ ਖਾਲਸਾ ਜੀ ਆਪਣੇ ਡਾਕਾ ਨੇ ਹੁਣੇ ਐਂਟੂ ਦੇ ਗੱਲ ਚੱਲਦੀ ਸੀ ਬੀਬੀ ਖਾਲਸਾ ਨਾਲ ਜੀ ਪੰਜਾਬੀ ਬੋਲੀ ਬਾਰੇ ਉੱਥੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦਾ ਕੀ ਹਾਲ ਆ ਕਿਵੇਂ ਹੈਗਾ ਇਹ ਗੱਲ ਇਹੀ ਕਹਿਣੀ ਚਾਹੁੰਦਾ ਸੀ ਵੀ ਜਿਹੜਾ ਮੁਲਾਕਾਤ ਲੈਣ ਵਾਲਾ ਬੰਦਾ ਉਹ ਤਾਂ ਪੰਜਾਬੀ ਬੋਲਦਾ ਹੈ ਤੇ ਜਿਹੜੇ ਮੂਹਰੇ ਸਾਡੇ ਵੱਡੇ ਵੱਡੇ ਲੀਡਰ ਹੈ ਕੱਲ ਬਾਦਲ ਸਾਹਿਬ ਵੀ ਬੋਲਦੇ ਹੋਰ ਵੀ ਜਿਹੜਾ ਇੰਟਰਵਿਊ ਦੇਣ ਵਾਲਾ ਬੰਦਾ ਉਹਨੂੰ ਕੋਈ ਮੀਡੀਆ ਵਾਲਾ ਕੋਈ ਵੀ ਨਹੀਂ ਟੋਕ ਰਿਹਾ ਉਹ ਹਿੰਦੀ ਚ ਬੋਲਦਾ ਜੀ ਜੀ ਸ਼ੁਕਰੀਆ ਜੀ ਤੁਹਾਡਾ ਉਹ ਮੀਡੀਆ ਵਾਲਾ ਜਦੋਂ ਉਹਨੂੰ ਬੋਲੇ ਜਾਂਦਾ ਇੰਟਰਵਿਊ ਲੈਂਦਾ ਉਹਨੂੰ ਨਾਲ ਹੀ ਟੋਕੇ ਵੀ ਤੂੰ ਪੰਜਾਬੀ ਚ ਗੱਲ ਕਰ ਮੈਂ ਤੈਨੂੰ ਪੰਜਾਬੀ ਨੂੰ ਤੂੰ ਹਿੰਦੀ ਕਿਉਂ ਬੋਲਣਾ ਜੀ ਆਪ ਜੀ ਬੋਲ ਕਿੱਥੋਂ ਰਹੇ ਹੋ ਜੀ ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ ਧੰਨਵਾਦ ਜੀ ਬਹੁਤ ਕਾਲ ਦੇ ਲਈ ਓਕੇ ਥੈਂਕ ਯੂ ਦੇਖੋ ਜਿਹੜੇ ਕਾਲਰ ਸੀ ਨਾ ਜੀ ਕੈਲੀਫੋਰਨੀਆ ਤੋਂ ਜੀ ਇਹ ਅਕਸਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਵੈਸੇ ਮੈਨੂੰ ਵੀ ਅਜੀਬ ਲੱਗਿਆ ਜਦੋਂ ਬੀਬਾ ਹਰਸਿਮਰਤ ਔਰ ਉਹਨੂੰ ਸੁਖਬੀਰ ਸਿੰਘ ਬਾਦਲ ਦਾ ਨਾਮ ਅਨਾਊਂਸ ਕਰਨਾ ਸੀ ਉਸ ਦਿਨ ਬਾਦਲ ਸਾਹਿਬ ਨੂੰ ਪਤਾ ਨਹੀਂ ਕਿ ਅਸੀਂ ਹਿੰਦੀ ਬੋਲ ਰਹੇ ਸੀ ਅਤੇ ਮੈਨੂੰ ਇਉਂ ਲੱਗਦਾ ਹੁੰਦਾ ਜਦੋਂ ਕੋਈ ਸਰਦਾਰ ਹਿੰਦੀ ਬੋਲਦਾ ਜਿਵੇਂ ਉਹ ਝੂਠ ਬੋਲ ਰਿਹਾ ਹੋਵੇ ਹਾਲਾਂਕਿ ਜਦੋਂ ਮੈਂ ਬਾਹਰ ਲੈਕਚਰ ਦੇਣ ਜਾਣਾ ਬਨਾਰਸ ਲਖਨਊ ਜਾਂ ਇੱਧਰ ਉਦੋਂ ਮੈਂ ਵੀ ਹਿੰਦੀ ਬੋਲਦਾ ਪਰ ਮੈਂ ਇਹ ਸਮਝਦਾ ਵੀ ਜਿੱਥੇ ਸਾਹਮਣੇ ਆਡੀਅੰਸ ਜਦੋਂ ਅਸੀਂ ਪੰਜਾਬ 'ਚ ਬੈਠੇ ਹਾਂ ਉਦੋਂ ਤਾਂ ਅਸੀਂ ਪੰਜਾਬੀ 'ਚ ਗੱਲ ਕਰੀਏ ਅਤੇ ਬਹੁਤ ਵਾਰ ਅਸੀਂ ਆਮ ਘਰਾਂ 'ਚ ਵੀ ਦੇਖਿਆ ਦੂਜਿਆਂ ਨੂੰ ਇੰਪ੍ਰੈਸ ਕਰਨ ਅੰਗਰੇਜ਼ੀ 'ਚ ਬੋਲਾਂਗੇ ਵੀ ਮੈਨੂੰ ਨਾਲੇ ਉਹਨਾਂ ਦੀ ਅੰਗਰੇਜ਼ੀ 5-7 ਮਿੰਟ 'ਚ ਹੀ ਖਤਮ ਹੋ ਜਾਂਦੀ ਹੈ ਜਿੰਨੀ ਕੁ ਡਾਊਨਲੋਡ ਕੀਤੀ ਹੁੰਦੀ ਹੈ ਉਹਨਾਂ ਨੇ ਜ਼ਿਆਦਾ ਨਹੀਂ ਹੁੰਦੀ ਉਹਨਾਂ ਕੋਲ ਲੇਕਿਨ ਉਹ ਮਤਲਬ ਇਸ ਤਰ੍ਹਾਂ ਹੀ ਕਰਦੇ ਨੇ ਤੋ ਬਿਲਕੁਲ ਉਹ ਠੀਕ ਕਹਿ ਰਹੇ ਸੀ ਅਤੇ ਮੈਂ ਇਹ ਕਹਿਣਾ ਕਿ ਪੰਜਾਬੀ ਦੇ ਜੇ ਹੱਕ 'ਚ ਗੱਲ ਕਰਨੀ ਹੈ ਤਾਂ ਪੰਜਾਬੀ ਰੁਜ਼ਗਾਰ ਦੀ ਪਰਿਵਾਰ ਦੀ ਅਤੇ ਸਰਕਾਰ ਦੀ ਭਾਸ਼ਾ ਜਿੰਨਾ ਚਿਰ ਨਹੀਂ ਬਣਦੀ
ਉਹਨਾਂ 'ਚ ਰਹੇ ਨਹੀਂ ਜਿਉਂਦੀ ਰਹਿੰਦੀ। ਕੈਨੇਡਾ 'ਚ ਪੰਜਾਬੀ ਕਿਉਂ ਅੱਗੇ ਨਿਕਲੂਗੀ? ਕਿਉਂਕਿ ਉੱਥੇ ਰੁਜ਼ਗਾਰ ਪੰਜਾਬੀ ਨਾਲ ਜੁੜ ਗਿਆ। ਤੁਸੀਂ ਬੈਂਕ 'ਚ ਜੋਬ ਲੈਣੀ ਹੈ, ਕਹਿ ਦਿਓ ਕਿ ਮੈਂ ਪੰਜਾਬੀ ਜਾਣਦਾ, ਤੁਹਾਨੂੰ ਭੱਜ ਕੇ ਜਿਹੜੀ ਹੈ ਨਾ ਜੋਬ ਦੇਣਗੇ, ਕਿਉਂਕਿ ਉਹਨਾਂ ਬੈਂਕਰ ਨੂੰ ਲੋੜ ਹੁੰਦਾ ਕਿ ਪੰਜਾਬੀ ਬੰਦਿਆਂ ਨਾਲ ਵੀ ਸਾਨੂੰ ਗੱਲ ਕਰਨ ਲਈ ਬੰਦਾ ਚਾਹੀਦਾ। ਅਤੇ ਸਾਡੇ ਹਾਲੇ ਕੰਪਲੈਕਸ ਦੇ ਵਿੱਚ ਅਸੀਂ ਜਿਉ ਰਹੇ ਹਾਂ, ਅਤੇ ਪਤਾ ਨਹੀਂ ਜਿਹੜੀ ਇਸ ਸਥਿਤੀ ਦੇ ਵਿੱਚ ਜਿਹਨਾਂ ਲੋਕਾਂ ਨੇ ਰਾਜ ਕਰਨਾ, ਉਹ ਤਾਂ ਪੰਜਾਬੀ ਦੇ ਨੇੜੇ ਤੇੜੇ ਵੀ ਨਹੀਂ, ਉਹ ਤਾਂ ਮਜਬੂਰੀ ਹੈ। ਅਤੇ ਮਨਪ੍ਰੀਤ ਸਿੰਘ ਬਾਦਲ ਤਾਂ ਮੈਂ ਵਿੱਤ ਮੰਤਰੀ ਸਾਡਾ, ਉਹਦਾ ਉਹ ਉਰਦੂ ਨੂੰ ਪਿਆਰ ਕਰਦਾ। ਅਸੀਂ ਕਦੋਂ ਕਹਿੰਦੇ ਉਰਦੂ ਨੂੰ ਨਾ ਪਿਆਰ ਕਰੋ? ਅਸੀਂ ਕਦੋਂ ਕਹਿੰਦੇ ਕਿ ਤੁਸੀਂ ਨਾ ਸਿੱਖੋ? ਮੇਰਾ ਬਿਲਕੁਲ ਗੁਆਂਢੀ ਮਿੱਤਰ, ਮੇਰਾ ਬਹੁਤ ਵਧੀਆ ਉਰਦੂ ਦਾ ਪੋਇਟ ਆ ਨਾਸਰ ਨਕਵੀ, ਉਹ ਹਰ ਰੋਜ਼ ਜਾਂਦਾ। ਮੈਂ ਕਿਹਾ ਤੂੰ ਹਰ ਰੋਜ਼ ਕਿੱਧਰ ਚਲਾ ਜਾਂਦਾ? ਕਹਿੰਦਾ ਮੈਂ ਸਿਖਾਉਣ ਜਾਂਦਾ ਮਨਪ੍ਰੀਤ ਬਾਦਲ ਨੂੰ ਉਰਦੂ। ਉਹ ਉਰਦੂ ਦੇ ਉਹਦੇ 10-15-20-40 ਸ਼ੇਅਰਾਂ ਲਈ ਜਿਹੜਾ ਹੈ 2 ਕਰੋੜ ਰੁਪਈਆ ਉਰਦੂ ਅਕੈਡਮੀ ਨੂੰ ਦਿੱਤਾ। ਅਤੇ ਪੰਜਾਬੀ ਦੇ ਭਾਸ਼ਾ ਵਿਭਾਗ ਦਾ ਹਾਲ ਦੇਖੋ ਕਿੰਨਾ ਬੁਰਾ। ਅਤੇ ਮੈਂ ਕੈਪਟਨ ਸਾਹਿਬ ਨੂੰ ਕਹਿਣਾ ਕਿ ਮਹਿਕਮਾ ਜਿਹੜਾ ਪੰਜਾਬੀ ਹੈ ਤੁਸੀਂ ਸ਼ੁਰੂ ਕੀਤਾ ਸੀ, ਤੁਹਾਡੇ ਪੁਰਖਿਆਂ ਨੇ, ਤੁਸੀਂ ਤਾਂ ਘੱਟੋ ਘੱਟ ਮਹਿਕਮੇ ਪੰਜਾਬੀ ਦੀ ਗੱਲ ਜਿਹੜੀ ਅੱਜ ਕੱਲ੍ਹ ਭਾਸ਼ਾ ਵਿਭਾਗ ਹੈ ਉਹਦੀ ਤਾਂ ਗੱਲ ਕਰੋ। ਸੋ ਭਾਸ਼ਾ ਲਈ ਨਹੀਂ ਸਰਹਿੰਦ ਸਾਡੀਆਂ ਸਰਕਾਰਾਂ, ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਜੀ। ਡਾਕਟਰ ਸਾਹਿਬ, ਮਹਾਰਾਣੀ ਪਰਨੀਤ ਕੌਰ ਨੇ ਕਿਹਾ ਹੈ ਕਿ ਡੇਰੇ ਵੀ ਪੰਜਾਬ ਦਾ ਅਨਿੱਖੜਵਾਂ ਅੰਗ ਨੇ। ਪਹਿਲਾਂ ਤਾਂ ਦੱਸੋ ਮਹਾਰਾਣੀ ਹੈ ਜੀ, ਉਹ ਬਾਹਰ ਹੁਣ ਤਖੱਲਸ ਜੁੜ ਜਾਂਦਾ ਨਾ ਜੀ ਉਹਨਾਂ ਦਾ। ਸੋ ਮੇਰੀ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਸੀ ਐਡਮਿੰਟਨ ਦੇ ਵਿੱਚ ਜੀ ਜੀ, ਅਤੇ ਮੈਂ ਵੀ ਇਹ ਕਹਿ ਬੈਠਾ, ਤੋ ਕਿਸੇ ਨੇ ਮੈਨੂੰ ਇਹੀ ਸਵਾਲ ਕੀਤਾ, ਅੱਜ ਤੁਸੀਂ ਮੈਨੂੰ ਕਰਤਾ ਉਹੀ ਸਵਾਲ ਮੈਂ ਤੁਹਾਨੂੰ ਕਰਤਾ ਜੀ। ਅਤੇ ਮਹਾਰਾਜਾ ਮਹਾਰਾਣੀ ਕਿਉਂਕਿ ਇੱਥੇ ਚੱਲਿਆ ਆਉਂਦਾ ਜੀ ਸਾਡੇ। ਐਨੀਵੇ ਮੈਡਮ ਪ੍ਰਨੀਤ ਕੌਰ ਦਾ ਜਿਹੜਾ ਤੁਸੀਂ ਕਿਹਾ ਡੇਰਿਆਂ ਵਾਲੀ ਗੱਲ, ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਹੈ, ਬਲਕਿ ਜਿਹੜੇ ਬੰਦੇ ਨੇ ਇੰਟਰਵਿਊ ਲਈ ਨਾ, ਮੈਂ ਕੋਈ ਜ਼ਿਆਦਾ ਉਹ ਪੰਜਾਬੀ ਦਾ ਵਧੀਆ ਪੱਤਰਕਾਰ ਜਿਹੜਾ ਹੈ ਮੈਂ ਮੰਨਦਾ ਜੀ, ਬੜਾ ਧੜੱਲੇਦਾਰ ਪੱਤਰਕਾਰ ਮੰਨਦਾ, ਪਰ ਜਦੋਂ ਮੈਂ ਉਹ ਪੱਤਰਕਾਰ ਇੰਟਰਵਿਊ ਦੇਖੀ ਤਾਂ ਉਦੋਂ ਮੈਨੂੰ ਲੱਗਿਆ ਕਿ ਪਤਾ ਨਹੀਂ ਕਿਉਂ ਉਹਨਾਂ 'ਚ ਉਹ ਪੱਤਰਕਾਰੀ ਵਾਲਾ ਦਮ ਨਹੀਂ ਜੀ, ਮਤਲਬ ਉਹ ਐਂ ਲੱਗ ਰਿਹਾ ਸੀ ਸਪੌਂਸਰ ਇੰਟਰਵਿਊ ਹੁੰਦੀ ਹੈ ਜੀ ਬਿਲਕੁਲ, ਜਿਵੇਂ ਕਿ ਆਪਣੇ ਆਪਣੇ ਪ੍ਰਮੋਟ ਕਰਨ ਦੇ। ਹਾਂ ਜੀ, ਤੇ ਰਹੀ ਚਲੋ ਕੰਟੈਂਟ ਦੀ ਗੱਲ ਕਰੀਏ ਆਪਾਂ ਜੀ, ਨਾ ਆਪਾਂ ਪੱਤਰਕਾਰ ਦੀ ਗੱਲ ਕਰੀਏ ਨਾ ਇਹ ਕੰਟੈਂਟ ਦੇ ਲੈਵਲ 'ਤੇ, ਜਿਹੜੇ ਸਵਾਲ ਤੁਸੀਂ ਕੀਤਾ ਇਹ ਆਪਣੇ ਆਪ 'ਚ ਵੱਡਾ ਇਸ ਕਰਕੇ ਹੈ ਕਿ ਡੇਰੇ ਵਾਲੇ ਸਵਾਲ ਸੀ ਜੀ, ਅਤੇ ਡੇਰੇ ਵਾਲੇ ਬਾਰੇ ਜਿਹੜਾ ਸਵਾਲ ਹੈ ਸੁਨੀਲ ਜਾਖੜ ਨਾਲੋਂ ਬਿਲਕੁਲ ਵੱਖਰਾ ਜਵਾਬ ਹੈ ਜੀ। ਕਾਂਗਰਸ ਦਾ ਪ੍ਰਧਾਨ ਨੇ ਇਹ ਗੱਲ ਕਹੀ ਸੀ ਕਿ ਅਸੀਂ ਡੇਰਾ ਸੱਚਾ ਸੌਦਾ ਤੋਂ ਵੋਟਾਂ ਨਹੀਂ ਲਵਾਂਗੇ, ਬਿਲਕੁਲ ਜੀ ਸਪਸ਼ਟ ਸ਼ਬਦਾਂ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀ ਜੀ। ਦੂਜੇ ਪਾਸੇ ਗੱਲ ਕੀਤੀ ਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ, ਇਸ ਕਰਕੇ ਕਹਿਣੀ ਪਈ ਸੀ ਜਦੋਂ ਬੀਬੀ ਜਗੀਰ ਕੌਰ ਨੂੰ ਪੁੱਛਿਆ ਗਿਆ ਸੀ ਜੀ ਕਿ ਤੁਸੀਂ ਡੇਰੇ ਦੀਆਂ ਵੋਟਾਂ ਲਓਗੇ, ਉਹ ਕਹਿੰਦੀ ਇਹਦਾ ਫੈਸਲਾ ਸਾਡੇ ਪ੍ਰਧਾਨ ਸਾਹਿਬ ਕਰਨਗੇ, ਸੁਖਬੀਰ ਸਿੰਘ ਬਾਦਲ ਕਰਨਗੇ ਜੀ। ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਸੀ ਕਿ ਜੀ ਅਸੀਂ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਕ ਚੱਲਾਂਗੇ ਜੀ। ਅਕਾਲ ਤਖ਼ਤ ਸਾਹਿਬ ਕਹਿੰਦਾ ਵੀ ਨਹੀਂ ਲੈਣੀ, ਉੱਥੇ ਨਹੀਂ ਜਾਣਾ ਜੀ, ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੁੱਛਦਾ ਕੌਣ ਹੈ? ਜੇ ਪੁੱਛਦਾ ਹੁੰਦਾ ਤਾਂ ਫਿਰ ਸੁੱਚਾ ਸਿੰਘ ਲਗਾ ਦੀਆਂ ਜਿਹੜੀਆਂ ਰੈਲੀਆਂ ਐਡੇ ਐਡੇ ਬੰਦੇ ਕੱਟ ਕਿਵੇਂ ਹੁੰਦੇ ਜੀ ਜੀ। ਸੋ ਗੱਲ ਤਾਂ ਇਹ ਹੈ, ਹੁਣ ਪ੍ਰਧਾਨ ਕੁਛ ਹੋਰ ਕਹਿ ਰਿਹਾ, ਪਰਨੀਤ ਕੌਰ ਜੀ ਕੁਛ ਹੋਰ ਕਹਿ ਰਹੇ ਨੇ। ਪਰਨੀਤ ਕੌਰ ਜੀ ਇਹ ਕਹਿ ਰਹੇ ਨੇ ਕਿ ਵੋਟਾਂ ਮੰਗਣ ਦਾ ਸਾਡਾ ਹੱਕ ਹੈ, ਅਸੀਂ ਹਰੇਕ ਤੋਂ ਮੰਗਾਂਗੇ ਜੀ, ਮਤਲਬ ਉਹਨਾਂ ਨੇ ਕਹਿ ਤਾ ਅਸੀਂ ਡੇਰੇ ਵਾਲੇ ਤੋਂ ਵੋਟ ਲਵਾਂਗੇ ਜੀ। ਉਹਨਾਂ ਨੇ ਇੱਕ ਤਰਕ ਦਿੱਤਾ, ਕਿਤੇ ਨਾ ਕਿਤੇ ਤਰਕ 'ਚ ਜ਼ਰੂਰ ਦਮ ਹੈ ਮਹਾਰਾਣੀ ਪਰਨੀਤ ਕੌਰ ਦੇ ਜੀ, ਤਰਕ 'ਚ ਕੀ ਦਮ ਹੈ? ਉਹ ਕਹਿੰਦੇ ਅਸੀਂ ਡੇਰੇ ਨਹੀਂ ਜਾਵਾਂਗੇ ਜੀ, ਅਤੇ ਡੇਰੇ ਦੀਆਂ ਵੋਟਾਂ ਸਾਰੇ ਥਾਂ ਨੇ, ਵੋਟਰਾਂ ਨੂੰ ਅਸੀਂ ਜ਼ਰੂਰ ਕਹਾਂਗੇ। ਅਤੇ ਮੇਰਾ ਖਿਆਲ ਹੈ ਇਹ ਗੱਲ ਹੈ ਵੀ ਠੀਕ ਜੀ, ਕਿ ਜਿਹੜਾ ਮੰਗਣਾ ਅਤੇ ਡੇਰੇ ਤੋਂ ਜਾ ਕੇ ਮੰਗਣਾ ਫਰਕ ਹੈ, ਬਿਲਕੁਲ ਵੋਟ ਮੰਗਣ ਦਾ ਹੱਕ ਹੈ ਕਿਉਂਕਿ ਉਹ ਵੀ ਤਾਂ ਇੱਕ ਨਾਗਰਿਕ ਹੀ ਨੇ, ਬਿਲਕੁਲ ਨਾਗਰਿਕ ਜੀ। ਲੇਕਿਨ ਜਾ ਕੇ ਡੇਰੇ ਵਾਲੇ ਨੂੰ ਕਹਿਣਾ ਕਿ ਤੁਸੀਂ ਕਹੋਗੇ ਸਾਨੂੰ ਵੋਟ ਪਾਉਣ, ਬਿਲਕੁਲ ਜੀ, ਉਹ ਸਿਫਾਰਿਸ਼ ਨਾਲ ਨਹੀਂ ਜੀ, ਉਹ ਗਲਤ ਗੱਲ ਹੈ ਜੀ। ਸੋ ਮੇਰਾ ਖਿਆਲ ਹੈ ਕਿ ਇੱਥੇ, ਲੇਕਿਨ ਇਹਦੇ ਲਈ ਵੀ ਪਰਨੀਤ ਕੌਰ ਜੀ ਨੂੰ ਕਿਉਂ ਇੰਨਾ ਕੁਛ ਕਰਨਾ ਪੈ ਰਿਹਾ ਹੈ, ਕਿਉਂ ਇੰਟਰਵਿਊਆਂ ਦੇਣੀਆਂ ਪੈ ਰਹੀਆਂ ਨੇ, ਹਾਲਾਤ ਉਹਨਾਂ ਨੂੰ ਸਮਝ ਆਏ ਹੋਏ ਨੇ ਕਿ ਇਸ ਵਾਰ ਲੜਾਈ ਸਖ਼ਤ ਹੈ ਜੀ, ਇਸ ਵਾਰ ਇੰਨਾ ਸੌਖਾ ਨਹੀਂ ਹੈ ਜਿੱਤਣਾ, ਹਾਲਾਤ ਕਾਫੀ ਸੱਚਮੁੱਚ ਸਖ਼ਤ ਨੇ। ਉਹ ਇਕੱਲਾ ਬੰਦਾ ਝੋਲੀ ਅੱਡੀ ਫਿਰਦਾ ਜੀ, ਧਰਮਵੀਰ ਗਾਂਧੀ ਔਰ ਅਮਲੀ ਉਹਦੇ ਨਾਲ ਵੈਸੇ ਨਾਲ ਨੇ, ਕਿਉਂਕਿ ਕਹਿੰਦਾ ਵੀ ਖੇਤੀ ਹੋਣੀ ਚਾਹੀਦੀ ਹੈ, ਕਿਸਾਨ ਵੀ ਨਾਲ ਨੇ,
ਚਲੋ ਇਹ ਤਾਂ ਲਾਈਟ ਗੱਲ ਹੈ ਪਰ ਉਹ ਇਸ਼ੂਜ਼ ਨੂੰ ਬਿਲਕੁਲ ਜੀ ਵੱਡੇ ਇਸ਼ੂਜ਼ ਉਠਾਉਂਦੇ ਨੇ ਬਿਲਕੁਲ ਇਸ਼ੂਜ਼ ਨੂੰ ਇੱਕ ਉਹਨਾਂ ਨੇ ਸਾਰੀ ਉਮਰ ਸੇਵਾ ਕੀਤੀ ਇਸ ਕਰਕੇ ਰੱਖੜਾ ਭਾਵੇਂ ਇੱਕ ਪਾਰਟੀ ਦੇ ਤੌਰ 'ਤੇ ਅਕਾਲੀਆਂ ਦੇ ਲੋਕ ਹਾਲੇ ਉਨੇ ਹੱਕ 'ਚ ਨਹੀਂ ਜਾਂ ਹਾਲੇ ਵੀ ਐਂ ਕਹਿ ਲਓ ਬੇਅਦਬੀ ਦਾ ਨਹੀਂ ਕਰਨਾ ਛੱਡ ਰਿਹਾ ਬਿਲਕੁਲ ਜੀ ਲੇਕਿਨ ਨਿੱਜੀ ਤੌਰ 'ਤੇ ਉੱਤੇ ਵੀ ਉਹਨਾਂ ਦੀ ਵੀ ਸਖਸ਼ੀਅਤ ਸਾਫ਼ ਸੁਥਰੀ ਹੈ ਸੋ ਪਟਿਆਲਾ ਜਿਹੜਾ ਹੈ ਜੀ ਜ਼ਿਆਦਾ ਸਖਤ ਮੁਕਾਬਲਾ ਹੋਣ ਕਾਰਨ ਪਰਨੀਤ ਕੌਰ ਜੀ ਫਿਰ ਡੇਰੇ ਦੀਆਂ ਵੋਟਾਂ 'ਤੇ ਵੀ ਆਸ ਰੱਖੀ ਬੈਠੇ ਨੇ ਜੀ ਡਾਕਟਰ ਸਾਹਿਬ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ ਜੀ ਜਿਹਦੇ ਅਨੁਸਾਰ ਸੋਸ਼ਲ ਮੀਡੀਆ ਦੇ ਖਾਤੇ ਜਿਹੜੇ ਨੇ ਆਧਾਰ ਕਾਰਡ ਦੇ ਨਾਲ ਲਿੰਕ ਕਰਨ ਦੀ ਗੱਲ ਹੈ ਜੀ ਵੈਸੇ ਹੋ ਜਾਣੀ ਚਾਹੀਦੀ ਹੈ ਜੀ ਬਿਲਕੁਲ ਉਹਦਾ ਕਾਰਨ ਹੈ ਕਿ ਫੇਕ ਨਿਊਜ਼ ਇੰਨੀ ਜ਼ਿਆਦਾ ਆ ਰਹੀ ਹੈ ਜੀ ਜੀ ਮਤਲਬ ਤੁਸੀਂ ਮਨਦੀਪ ਕੌਰ ਖਾਲਸਾ ਹੋ ਜੀ ਤੁਹਾਡੀ ਫੋਟੋ ਚੱਕ ਕੇ ਕੋਈ ਹੋਰ ਆਈਡੀ ਤੇ ਫੇਸਬੁੱਕ ਤੇ ਬਣਾ ਲੈਂਦਾ ਜੀ ਉਹ ਤੁਹਾਡੇ ਵੱਲੋਂ ਉਹ ਲੱਗੇਗਾ ਕੀ ਪਾ ਰਹੇ ਨੇ ਬਿਲਕੁਲ ਜੀ ਤੁਹਾਡਾ ਮਤਲਬ ਅਸੀਂ ਮੀਡੀਆ ਦੇ ਬੰਦੇ ਆ ਜੀ ਮੇਰਾ ਆਪਦਾ ਅਕਾਊਂਟ ਹੈ ਹਰਜਿੰਦਰ ਵਾਲੀਆ ਜੀ ਤੇ ਹਰਜਿੰਦਰ ਵਾਲੀਆ ਕੋਈ ਹੋਰ ਬਣਾ ਲੇ ਜੀ ਫੋਟੋ ਵੀ ਚੱਕ ਕੇ ਮੇਰੀ ਕੋਈ ਪੁਰਾਣੀ ਪਾ ਕੇ ਤੇ ਮੈਂ ਮੇਰੇ ਵੱਲੋਂ ਪਾ ਦੇ ਕੇ ਮੈਂ ਤਾਂ ਕਿਸੇ ਨੂੰ ਕਹਿੰਦੇ ਹੀ ਨਹੀਂ ਵੀ ਤੁਸੀਂ ਇਹਨੂੰ ਵੋਟ ਪਾਓ ਮੈਂ ਤਾਂ ਹਰ ਇੱਕ ਨੂੰ ਕਹਿਣਾ ਭਾਈ ਵੋਟ ਪਾਉਣ ਤੋਂ ਪਹਿਲਾਂ ਆਹ ਗੱਲਾਂ ਜ਼ਰੂਰ ਪੁੱਛੋ ਜੀ ਵੀ ਤੇਰੇ ਕੋਲ ਬਈ ਜਦੋਂ ਤੂੰ ਆਇਆ ਸੀ ਸਿਆਸਤ 'ਚ ਇੰਨਾ ਪੈਸਾ ਸੀ ਹੁਣ ਕਿੱਥੋਂ ਆ ਗਿਆ ਬਿਲਕੁਲ ਜੀ ਠੀਕ ਹੈ ਤੇਰੇ ਇਹਦੇ ਬਾਰੇ ਕੀ ਸਟੈਂਡ ਹੈ ਤੂੰ ਬਾਦਾਂ ਬਾਰ ਬਾਰੇ ਕਿਉਂ ਨਹੀਂ ਬੋਲਦਾ ਤੇ ਜੇ ਸਿੱਧਾ ਹੀ ਉਹ ਕਹੇ ਵੀ ਹਰਜਿੰਦਰ ਵਾਲੀਆ ਨੇ ਕਿਹਾ ਫਲਾਣੇ ਨੂੰ ਵੋਟ ਪਾਓ ਤਾਂ ਹੁਣ ਉਹ ਕਿਵੇਂ ਪਤਾ ਲੱਗੂ ਵੀ ਕਿਹੜੀ ਸਹੀ ਹੈ ਬਿਲਕੁਲ ਉਹਦਾ ਇਹ ਹੈ ਕਿ ਜੇ ਤੁਸੀਂ ਇਹਨੂੰ ਆਧਾਰ ਕਾਰਡ ਨਾਲ ਜੋੜ ਦੋਗੇ ਜੀ ਤਾਂ ਫੇਕ ਅਕਾਊਂਟ ਬਣਨੋਂ ਬੰਦ ਹੋ ਜਾਣਗੇ ਜੀ ਹੁਣ ਫੇਕ ਅਕਾਊਂਟ ਬਹੁਤ ਨੇ ਅਤੇ ਉਹ ਫੇਕ ਅਕਾਊਂਟ ਸੱਚ ਮੁੱਚੀ ਭੰਬਲ ਭੁੱਸਾ ਪੈਦਾ ਕਰਦੇ ਨੇ ਸਾਡੇ ਲੋਕਾਂ ਦੇ ਵਿੱਚ ਜੀ ਸੋਸ਼ਲੀ ਵੀ ਬਿਲਕੁਲ ਪੋਲੀਟੀਕਲੀ ਵੀ ਜੀ ਸੋਸ਼ਲੀ ਵੀ ਹੁੰਦਾ ਜੀ ਮਤਲਬ ਤੁਸੀਂ ਕਿਸੇ ਬੰਦੇ ਨੂੰ ਇੱਕ ਗਲਤ ਅਕਾਊਂਟ ਬਣਾ ਲਿਆ ਉਸ ਅਕਾਊਂਟ ਦੇ ਨਾਂ ਤੇ ਉਹਨੂੰ ਬਦਨਾਮ ਕਰਨਾ ਉਹਦੇ ਕਿਸੇ ਜਿਹਾ ਮਰਜ਼ੀ ਲੱਚਰ ਵੀਡੀਓ ਬਣਾ ਬਣਾ ਕੇ ਪਾਈ ਜਾਂਦੇ ਨੇ ਬਿਲਕੁਲ ਐਡਿਟ ਕਰਕੇ ਤੋ ਉਹ ਜੇ ਆਧਾਰ ਕਾਰਡ ਨਾ ਹੋ ਤਾਂ ਜ਼ਿੰਮੇਵਾਰੀ ਹੋਊਗੀ ਜੀ ਬਿਲਕੁਲ ਤਾਂ ਮੇਰਾ ਖਿਆਲ ਹੈ ਕਿ ਜੇ ਸੁਪਰੀਮ ਕੋਰਟ ਨੂੰ ਸਹੀ ਤਰੀਕੇ ਨਾਲ ਸੁਣੂਗੀ ਤਾਂ ਜੇ ਲਿੰਕ ਹੋ ਜੇ ਬਹੁਤ ਸਾਰੇ ਅਕਾਊਂਟ ਕਰੋੜਾਂ ਦੀ ਗਿਣਤੀ 'ਚ ਅਕਾਊਂਟ ਬੰਦ ਹੋ ਸਕਣਗੇ ਇਹ ਉਸ ਲੈਵਲ 'ਤੇ ਗੱਲ ਚਲੀ ਜਾਏਗੀ ਜੀ ਡਾਕਟਰ ਸਾਹਿਬ ਕਰਜਈ ਪੰਜਾਬ ਦੀ ਗੱਲ ਕਰਕੇ ਮਜੀਠੀਆ ਨੇ ਸਿੱਧੂ ਦੇ ਹਵਾਲੇ ਨਾਲ ਕੈਪਟਨ ਸਾਹਿਬ ਨੂੰ ਘੇਰਿਆ ਦੇਖੋ ਜੀ ਗੱਲ ਇਹ ਹੈ ਮਨਦੀਪ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਹੈ ਜੀ ਇਹਦੇ 'ਚ ਇੱਕ ਸਿਫਤ ਹੈ ਇੱਕ ਤਾਂ ਇਮਾਨਦਾਰ ਹੈ ਕੋਈ ਇਹਦੇ ਹਾਲੇ ਤੱਕ ਕੋਈ ਬਲੋਟ ਨਹੀਂ ਇੰਨੇ ਕਈ ਵਾਰੀ ਜਿੱਤਿਆ ਜੀ ਐਮ ਪੀ ਰਿਹਾ ਸਾਰਾ ਮਤਲਬ ਪੈਸੇ ਵੱਲੋਂ ਤਾਂ ਕੋਈ ਬਲੋਟ ਨਹੀਂ ਐਂ ਨਹੀਂ ਕਹਿ ਸਕਦੇ ਵੀ ਇਹਨੇ ਆਹ ਕਰ ਲਿਆ ਜੀ ਅਤੇ ਦੂਜਾ ਮੈਨੂੰ ਲੱਗਦਾ ਕਿ ਉਹ ਵੱਡੀ ਖੇਡ ਵੱਡੀ ਖੇਡ ਦਾ ਵੱਡਾ ਖਿਡਾਰੀ ਬਣਨ ਦੇ ਚੱਕਰ 'ਚ ਹੈ ਜੀ ਤੇ ਹੈ ਵੀ ਖਿਡਾਰੀ ਬਿਲਕੁਲ ਜੀ ਦੋਸਤ ਪੀਐਮ ਬਣੇ ਹੋਏ ਨੇ ਉਧਰ ਪਾਕਿਸਤਾਨ ਚ ਫਿਰ ਵੱਡੀ ਨਹੀਂ ਚਲੋ ਦੋਸਤ ਤਾਂ ਖਿਡਾਰੀ ਹੋਣ ਕਰਕੇ ਆ ਲੇਕਿਨ ਜਦੋਂ ਖਿਡਾਰੀ ਸੀ ਉਦੋਂ ਵੀ ਰਿਸਕ ਲੈ ਲੈਂਦਾ ਸੀ ਜੀ ਇੰਗਲੈਂਡ ਤੋਂ ਜਦੋਂ ਵਾਪਸ ਆਇਆ ਉਹ ਉਦੋਂ ਸਭ ਨੂੰ ਪਤਾ ਪੁਰਾਣੇ ਲੋਕਾਂ ਨੂੰ ਜੀ ਸਿਕਸਰ ਵੀ ਮਾਰਦਾ ਸੀ ਆਊਟ ਵੀ ਹੋ ਜਾਂਦਾ ਸੀ ਇੱਥੇ ਵੀ ਉਹੀ ਚੱਲ ਰਿਹਾ ਉਹਦੇ 'ਚ ਉਹਨੇ ਇੱਕ ਸਿਕਸਰ ਮਾਰਿਆ ਉਹਨੇ ਇਨਡਾਇਰੈਕਟਲੀ ਕੈਪਟਨ ਨੂੰ ਖਿੱਚਿਆ ਜੀ ਉਹਦੇ 'ਚ ਇੱਕ ਗੱਲ ਕਹੀ ਕਿ ਕੈਪਟਨ ਸਾਹਿਬ ਤੁਸੀਂ ਇਹ ਕਹਿੰਦੇ ਹੋ ਵੀ ਜੇ ਕੋਈ ਹਾਰੂਗਾ ਉਹਦੀ ਮਿਨਿਸਟਰੀ ਚਲੀ ਜਾਊਗੀ ਇਹ ਜਿਹੜਾ ਕਹਿਣਾ ਤੁਹਾਡਾ ਠੀਕ ਨਹੀਂ ਜੀ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਇਹ ਜੀ ਆਪਦੇ ਕੈਂਡੀਡੇਟ ਨੂੰ ਜਿਤਾਉਣਾ ਆਪਾਂ ਇਹ ਕਰੀਏ ਕਿ ਲੋਕ ਸਾਨੂੰ ਜਿਹੜਾ ਇਹਦਾ ਵੋਟ ਕਿਉਂ ਪਾਉਣ ਉੱਧਰ ਧਿਆਨ ਦੇਈਏ ਅਤੇ ਉਹਦੇ ਵਿੱਚ ਆਪਾਂ ਕਹੀ ਤਾਂ ਜਾਂਦੇ ਵੀ ਕਰਜ਼ਾ ਪੰਜਾਬ 'ਤੇ ਚੜ੍ਹਾ ਕੇ ਅਕਾਲੀ ਪਿਛਲੇ 2 ਸਾਲਾਂ 'ਚ ਆਪਾਂ 47,000 ਕਰੋੜ ਰੁਪਇਆ ਪਰ ਈਅਰ ਕਰਜ਼ ਹੋਰ ਕਰਜ਼ਈ ਹੋ ਗਏ ਜੀ ਇਹ ਲਿਆ ਉਹਨੇ ਚੱਕਿਆ ਮਜੀਠੀਆ ਕਹਿੰਦਾ ਨਵਜੋਤ ਸਿੰਘ ਸਿੱਧੂ ਦਾ ਇਹ ਹਵਾਲਾ ਦੇ ਕੇ ਕਿ ਪੰਜਾਬ 'ਚ ਤਾਂ ਤੁਸੀਂ ਕਰਜ਼ਾ ਚੜ੍ਹਾਈ ਜਾਂਦੇ ਹੋ ਜੀ 5 ਸਾਲ 'ਚ ਇੰਨਾ ਕਰਜ਼ਾ ਹੋਜੂ ਅਤੇ ਮਨਪ੍ਰੀਤ ਬਾਦਲ ਨੇ ਦੱਸਿਆ ਕਿਉਂ ਨਹੀਂ ਪੰਜਾਬੀਆਂ ਨੂੰ ਜੀ ਇਹ ਗੱਲ ਲੁਕੋ ਕੇ ਕਿਉਂ ਰੱਖੀ ਪੰਜਾਬੀਆਂ ਨੇ ਧੋਖਾ ਦਿੱਤਾ ਉਹ ਰਿਜ਼ਾਈਨ ਕਰੇ ਉਹ ਮੋਢਾ ਨਵਜੋਤ ਸਿੰਘ ਸਿੱਧੂ ਦਾ ਔਰ ਅਟੈਕ ਕੈਪਟਨ ਔਰ ਜਿਹੜਾ ਹੈ ਮਨਪ੍ਰੀਤ ਬਾਦਲ ਤੇ ਕਰਤਾ ਬਿਲਕੁਲ ਜੀ ਮੇਰੇ ਜੀ ਡਾਕਟਰ ਸਾਹਿਬ ਵੇਰਕਾ ਦੇ ਵਿੱਚ ਇੱਕ ਤਾਂਤਰਿਕ ਨੇ 3 ਸਾਲਾ ਬੱਚੇ ਦੀ ਬਲੀ ਦਿੱਤੀ ਜੀ ਦੇਖ ਲਓ ਜੀ ਕਰ ਲਓ ਤੁਸੀਂ ਕਹਿੰਦੇ ਜੀ ਅਸੀਂ ਬੜੇ ਐਡਵਾਂਸ ਹੋ ਗਏ ਜੀ ਬਿਲਕੁਲ ਅਸੀਂ ਕਹਿੰਦੇ ਐਸੀ ਤਰੱਕੀ ਕਰ ਲਈ ਵਿਕਾਸ ਨਾ ਅਸੀਂ ਕੋਈ ਤਰੱਕੀ ਕੀਤੀ ਇਸ ਮਾਮਲੇ 'ਚ ਜੀ ਸਤੀ ਨਹੀਂ ਖਤਮ ਹੋਈ ਜੀ ਰੂਪਕਮਰ ਦਾ ਕੇਸ ਸਾਡੇ ਕੋਲ ਹੈ ਜੀ ਦਾਜ ਉਵੇਂ ਚੱਲ ਰਿਹਾ ਬਿਲਕੁਲ ਔਰ ਹੋਰ ਤਾਂ ਹੋਰਾ ਬਲੀ ਵੀ ਚਲੀ ਜਾਂਦੀ ਹੈ ਔਰ ਮੈਂ ਤਾਂ ਹੈਰਾਨ ਹੈ ਕਿ ਲੋਕ ਫਿਰ ਵੀ ਮਤਲਬ
ਪੜ੍ਹੇ ਲਿਖੇ ਵੀ ਨੇ, ਤਰਕਸ਼ੀਲ ਵੀ ਹੋ ਗਏ ਅਤੇ ਤਰਕਸ਼ੀਲਤਾ ਦੇ ਨਾਲ ਦੂਜੇ ਪਾਸੇ ਵੀ। ਵੈਸੇ ਤਰਕਸ਼ੀਲ ਤਾਂ ਕਰੂ ਕੀ, ਮਤਲਬ ਜੇ ਸਾਡਾ ਪ੍ਰਧਾਨ ਮੰਤਰੀ ਵੀ ਨੋਮੀਨੇਸ਼ਨ ਭਰਨ ਤੋਂ ਪਹਿਲਾਂ ਮੰਦਰ ਜਾਂਦਾ, ਆਰਤੀ ਕਰਦਾ, ਬਸ ਜਿਵੇਂ ਆਰਤੀ ਨੇ ਜਿਤਾਉਣਾ ਹੁੰਦਾ, ਬਈ ਕੰਮਾਂ ਨੇ ਨਹੀਂ ਜਿਤਾਉਣਾ, ਆਰਤੀ ਨੇ ਜਿਤਾਉਣਾ ਜੀ, ਠੀਕ ਹੈ, ਆਰਤੀ ਨੇ ਜਿਤਾਉਣਾ। ਉਹ ਸਾਡਾ ਦੇਸ਼ ਦਾ ਰੱਬ ਹੀ ਰੱਖਿਆ। ਜੇ ਅਸੀਂ ਆਪਣਾ ਸਾਇੰਸ ਭਵਨ ਦਾ ਉਦਘਾਟਨ ਵੀ ਨਾਰੀਅਲ ਤੋੜ ਕੇ ਕਰਦੇ ਹਾਂ ਅਸੀਂ ਤਾਂ, ਜਿਹੜਾ ਸਾਇੰਸ ਦੀ ਗੱਲ ਹੈ ਜਿਹੜੀ ਨਹੀਂ ਬਣਦੀ, ਤੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਅਸੀਂ ਜਿਉ ਰਹੇ ਹਾਂ ਮਨਦੀਪ, ਉਹਦੇ ਵਿੱਚ ਇੱਕ ਵਿਚਾਰਾ ਬੱਚਾ, ਬਿਲਕੁਲ ਵੇਰਕਾ ਦੀ ਨਿਊਜ਼, 3 ਸਾਲ ਦਾ ਬੱਚਾ, ਉਹ ਤਾਂਤਰਿਕ ਨੇ ਚੱਕਿਆ ਅਤੇ ਉਹ ਬਲੀ ਦੇਤੀ ਉਹਦੀ, ਉਹ ਸੀਸੀਟੀਵੀ 'ਚ ਪਤਾ ਲੱਗ ਗਿਆ ਵੀ ਇਹਦੇ ਨਾਲ ਜਾ ਰਿਹਾ ਸੀ ਬੱਚਾ। ਬੱਚਾ ਤਾਂ ਕੀ ਹੈ, ਟੋਫੀ ਦੇ ਕੇ ਅਤੇ ਉਹਨੂੰ ਜਦੋਂ ਫੜਿਆ, ਉਹਨੇ ਦੱਸਿਆ ਕਿ ਮੈਂ ਰਿੱਧੀ ਸਿੱਧੀ ਪ੍ਰਾਪਤ ਕਰਨੀ ਚਾਹੁੰਦਾ ਸੀ, ਤੋ ਆਹ ਰਿੱਧੀ ਸਿੱਧੀ ਦੇ ਆਹ ਹਾਲ ਨੇ। ਅਸੀਂ ਇਹਨਾਂ ਜਿਹੜੇ ਹੁਣ ਤਾਂਤਰ ਇਕੱਲੇ ਇੱਥੇ ਨਹੀਂ, ਮਤਲਬ ਸਾਰੀ ਦੁਨੀਆਂ 'ਚ ਫੈਲ ਗਏ। ਇੱਕ ਬੰਦੇ ਨੂੰ ਪੁੱਛਿਆ ਵੀ ਤੂੰ, ਕਹਿੰਦਾ ਮੈਂ ਕੈਨੇਡਾ ਦਾ ਸਿਆਣਾ ਹੈ ਜੀ, ਕੈਨੇਡਾ ਦਾ ਸਿਆਣਾ। ਮੈਨੂੰ ਸਮਝ ਨਾ ਆਈ ਵੀ ਕੈਨੇਡਾ ਦਾ ਸਿਆਣੇ ਦਾ ਕੀ ਮਤਲਬ ਹੋਇਆ ਜੀ। ਬਾਅਦ 'ਚ ਪਤਾ ਲੱਗਿਆ ਵੀ ਉਹ ਕੈਨੇਡਾ 'ਚ ਆਹ ਕੁਛ ਕਰਦਾ ਸੀ, ਉੱਥੇ ਜਾ ਕੇ, ਹਾਂ ਉੱਥੇ ਜਾ ਕੇ। ਮੈਂ ਕਿਹਾ ਇੰਡੀਆ ਦਾ ਕਮਲਾ, ਕੈਨੇਡਾ ਦਾ ਸਿਆਣਾ ਜੀ, ਤਾਂ ਕੈਨੇਡਾ 'ਚ ਵੀ ਕਮਲੇ ਨੇ ਜਿਹੜੇ ਇਹੋ ਜਿਹਾ ਕੁਛ, ਇਹੋ ਜਿਹੇ ਬੰਦਿਆਂ ਨੂੰ ਉਹ ਕਰੀ ਜਾਂਦੇ ਨੇ, ਬਿਲਕੁਲ ਜੀ। ਸੋ ਇਹ ਸਿਆਣੇ ਸੁਣਿਆ ਦੀਆਂ ਗੱਲਾਂ ਛੱਡੋ ਅਤੇ ਤੁਸੀਂ ਤਰਕ ਦੇ ਨਾਲ ਗੱਲ ਕਰੋ ਜੀ। ਡਾਕਟਰ ਸਾਹਿਬ, ਸੁਪਰੀਮ ਕੋਰਟ ਕੋਹੇਨੂਰ ਨੂੰ ਵਾਪਸ ਲਿਆਉਣ ਦਾ ਜਿਹੜਾ ਵਾ ਉਹ ਆਦੇਸ਼ ਨਹੀਂ ਦੇ ਸਕਦੀ? ਨਹੀਂ ਦੇ ਸਕਦੀ, ਕਿਵੇਂ ਦੇ ਦੂਗੀ? ਸਭ ਕੋਹੇਨੂਰ ਉਹ ਲੈ ਗਏ, ਵੈਸੇ ਤਾਂ ਅਸੀਂ ਲੋਕ ਹੈ, ਖਾਲਸਾ ਰਾਜ ਕਦੇ ਨਾ ਜਾਂਦਾ ਜੇ ਸਾਡੇ ਗਦਾਰ ਨਾ, ਬਿਲਕੁਲ ਵਿੱਚ ਗਦਾਰ ਨਾ ਹੁੰਦੇ ਜੀ। ਗਦਾਰਾਂ ਨੇ ਨਾ, ਸਿਰਫ ਗਦਾਰਾਂ ਨੇ, ਅਸੀਂ ਤਾਂ ਗੋਦੀ ਚੱਕ ਕੇ ਦਲੀਪ ਸਿੰਘ ਫੜਾ ਤਾ, ਉਹਦੇ ਨਾਲ ਹੀ ਅਸੀਂ ਕੋਹੇਨੂਰ ਹੀਰਾ ਫੜਾ ਤਾ ਉਹਨਾਂ ਨੂੰ ਚੱਕ ਕੇ, ਜਹਾਜ਼ ਅਸੀਂ ਚੜਾਇਆ, ਢੋਏ ਤਾਂ ਅਸੀਂ ਇਹਨਾਂ ਸਾਰਾ ਸਾਰਾ ਸਮਾਨ ਸਾਡਾ ਲੈ ਗਏ ਉੱਥੇ ਜੀ, ਅਤੇ ਕਿਹੜੇ ਅਸੀਂ ਮਤਲਬ ਕਰੀਏ। ਅਤੇ ਹੁਣ ਕੋਹੇਨੂਰ ਅਸੀਂ ਵੀ ਮੰਗਦੇ ਹਾਂ, ਕੋਹੇਨੂਰ ਪਾਕਿਸਤਾਨ ਵੀ ਮੰਗੀ ਜਾ ਰਿਹਾ, ਕਿਉਂਕਿ ਸਾਡਾ ਕਹਿੰਦਾ ਲਾਹੌਰ ਦਾ ਦਰਬਾਰ ਦਾ, ਕਿਉਂਕਿ ਲਾਹੌਰ ਸੀ ਰਾਜਧਾਨੀ ਖਾਲਸੇ ਦੀ। ਤੋ ਉਹ ਹੁਣ ਸੁਪਰੀਮ ਕੋਰਟ ਕਹਿੰਦੀ ਭਾਈ ਮੇਰੇ ਹੱਥ 'ਚ ਕੀ ਹੈ, ਜੇ ਮੈਂ ਕਹਿ ਵੀ ਦੋ ਤੋ ਦਿਓ ਫਿਰ ਕਿਹੜਾ ਦੇ ਦੇਣਾ ਉਹਨਾਂ ਨੇ ਜੀ। ਬਿਲਕੁਲ ਸਹੀ ਗੱਲ ਹੈ, ਕੋਹੇਨੂਰ ਨਹੀਂ ਮਿਲਣਾ, ਮੰਗੀ ਜਾਣਾ ਚਾਹੀਦਾ। ਜਿਵੇਂ ਮਾਫ਼ੀ ਉਹਨਾਂ ਨੇ ਹਾਲੇ ਨਹੀਂ ਮੰਗੀ, ਥੋੜ੍ਹਾ ਕੁਛ ਤਾਂ ਕੀਤਾ, ਉਵੇਂ ਲੋਕਾਂ 'ਚ ਤਾਂ ਦੱਸੀਏ ਵੀ ਅਸੀਂ ਖਾਲਸਾ ਦਾ ਜਿਹੜੇ ਸ਼ਾਨ ਦਾ ਪ੍ਰਤੀਕ ਹੁੰਦਾ ਸੀ ਕੋਹੇਨੂਰ, ਅਤੇ ਖਾਲਸੇ ਦੀ ਗਿਰਾਵਟ ਦਾ ਪ੍ਰਤੀਕ ਹੈ ਕਿ ਕੋਹੇਨੂਰ ਉਹ ਲੈ ਗਿਆ, ਇਹ ਗਦਾਰੀ ਦਾ ਵੀ ਪ੍ਰਤੀਕ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਬਿਲਕੁਲ, ਇਸ ਤਰ੍ਹਾਂ ਦਾ ਲਈਏ ਜੀ। ਡਾਕਟਰ ਸਾਹਿਬ, ਹੁਣ ਸਮਾਂ ਹੋ ਗਿਆ ਜੀ, ਨੌਰਥ ਅਮੈਰੀਕਾ ਦੇ ਦਰਸ਼ਕਾਂ ਤੋਂ ਅਸੀਂ ਇਜਾਜ਼ਤ ਲੈ ਲੈਂਦੇ ਹਾਂ। ਧੰਨਵਾਦ ਆਪ ਜੀ ਦਾ ਜੀ, ਧੰਨਵਾਦ ਦਰਸ਼ਕਾਂ ਦਾ ਸ਼ੋਅ ਦੇਖਣ ਦੇ ਲਈ। ਹੁਣ ਸਾਨੂੰ ਦਿਓ ਆਗਿਆ, ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ ਜੀ। सब्सक्राइब करें चढ़ती कला टाइम टीवी को और लेटेस्ट अपडेट पाने के लिए प्रेस करें बेल आइकन को।